ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰੇਸ ਕੋਰਸ ਅਕੈਡਮੀ 'ਤੇ ਅਤੇ ਮੈਂ ਆਰਵੀ ਅਤੇ ਅੱਜ ਆਪਾਂ ਕਰਾਂਗੇ ਰੇਸ਼ੋ ਐਂਡ ਪ੍ਰਪੋਰਸ਼ਨ ਦਾ ਪਾਰਟ ਨੰਬਰ 5 ਅਤੇ ਇਸ ਤੋਂ ਪਹਿਲਾਂ ਪਾਰਟ ਨੰਬਰ 1, 2, 3, 4 ਠੀਕ ਹੈ ਸਾਰੇ ਕ੍ਰੋਨੋਲੋਜੀਕਲੀ ਤੁਸੀਂ ਦੇਖ ਲਿਆਉਣਗੇ ਮੈਂ ਉਮੀਦ ਕਰਦਾ ਬਾਕੀ ਜਿਨ੍ਹਾਂ ਨੇ ਨਹੀਂ ਦੇਖੇ ਤਾਂ ਕੋਸ਼ਿਸ਼ ਕਰਿਓ ਕਿ ਫਸਟ ਪਾਰਟ 'ਤੇ ਤੁਸੀਂ ਸਟਾਰਟ ਕਰਿਓ ਤਾਂ ਕਿ ਤੁਹਾਨੂੰ ਮਤਲਬ ਕਿ ਫਿਫਥ ਪਾਰਟ ਦਾ ਫੇਰ ਹੀ ਬੈਨੀਫਿਟ ਮਿਲੂਗਾ ਕਿਉਂਕਿ ਇਹ ਤਾਂ ਇਹਦੇ ਵਿੱਚ ਕੀ ਹੈ ਥੋੜ੍ਹੀ ਮਤਲਬ ਕਹਿ ਲਓ ਕੁਐਸਚਨਸ ਦਾ ਜੋ ਲੈਵਲ ਹੈ ਉਹ ਡਿਫੀਕਲਟ ਹੈ ਠੀਕ ਹੈ ਬਾਕੀ ਕੰਸੈਪਟ ਸੇਮ ਹੀ ਹੈ ਅਤੇ ਕੰਸੈਪਟ ਬਿਲਡਿੰਗ ਹੈ ਜਿਹੜੀ ਉਹ ਫਸਟ ਜਾਂ ਸੈਕਿੰਡ ਵੀਡੀਓ 'ਚ ਤੁਹਾਡੀ ਹੋ ਜੂਗੀ ਫਿਰ ਉਸ ਤੋਂ ਬਾਅਦ ਕੁਐਸਚਨਸ ਦੀ ਕਹਿ ਲਓ ਟਾਈਪ ਹੈ ਉਹ ਤੁਸੀਂ ਥਰਡ ਫੋਰਥ ਫਿਫਥ ਦੇ ਵਿੱਚ ਮਤਲਬ ਤੁਹਾਨੂੰ ਈਜ਼ਲੀ ਮਤਲਬ ਸਾਰਾ ਕੁਛ ਗੇਨ ਹੋ ਜੂਗਾ ਠੀਕ ਹੈ ਬਾਕੀ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਵੀਡੀਓ ਦੇਖੀ ਅਤੇ ਕੋਈ ਵੀ ਤੁਹਾਨੂੰ ਐਵੇਂ ਲੱਗੇ ਨਾ ਕੋਈ ਵੀ ਮੰਨ ਲਓ ਤੁਹਾਨੂੰ ਲੱਗੇ ਵੀ ਕੋਈ ਸੁਜੈਸ਼ਨ ਦੇਣਾ ਤਾਂ ਤੁਸੀਂ ਬੜੇ ਮਤਲਬ ਬੇਝਿਜਕੋ ਕਿ ਕਮੈਂਟ ਸੈਕਸ਼ਨ ਦੇ ਵਿੱਚ ਕੁਛ ਵੀ ਮਤਲਬ ਮੈਨੂੰ ਦੱਸ ਦਿਆ ਕਰੋ ਵੀ ਆਪਾਂ ਨੂੰ ਇਹ ਕਰਨਾ ਚਾਹੀਦਾ ਕਿਉਂਕਿ ਜਿਵੇਂ ਜਿਵੇਂ ਤੁਸੀਂ ਮੈਨੂੰ ਗਾਈਡ ਕਰੋਗੇ ਜਾਂ ਜਿਵੇਂ ਤੁਸੀਂ ਰਿਸਪੋਂਡ ਕਰੋਗੇ ਅਕੋਰਡਿੰਗਲੀ ਮਤਲਬ ਕਿ ਮੈਨੂੰ ਵੀ ਨਾਲ ਪਤਾ ਲੱਗਦਾ ਰਹੂਗਾ ਵੀ ਆਪਾਂ ਕਿਵੇਂ ਹੋਰ ਬੈਟਰ ਕਰ ਸਕਦੇ ਹਾਂ ਹੈ ਨਾ ਸੋ ਅੱਜ ਦੀ ਆਪਣੀ ਵੀਡੀਓ ਹੈਗੀ ਹੈ ਪਾਰਟ ਨੰਬਰ 5 ਅਤੇ ਫਸਟ ਕੁਐਸਚਨ ਹੈ ਇਹਦਾ ਇਨ ਐਨ ਕੋ ਐਜੂਕੇਸ਼ਨਲ ਸਕੂਲ ਦੇਰ ਆਰ 15 ਮੋਰ ਗਰਲਸ ਦੈਨ ਬੋਇਜ਼ ਉਹ ਕਹਿੰਦਾ ਇੱਕ ਸਕੂਲ ਹੈ ਕੋ ਐਜੂਕੇਸ਼ਨਲ ਉਹਦੇ ਵਿੱਚ ਕਹਿੰਦੇ ਕੁੜੀਆਂ ਦੀ ਗਿਣਤੀ ਹੈ ਜਿਹੜੀ ਉਹ ਮੁੰਡਿਆਂ ਨਾਲੋਂ 15 ਜ਼ਿਆਦਾ ਹੈ ਠੀਕ ਹੈ ਕੁੜੀਆਂ ਜਿਹੜੀਆਂ ਹੈਗੀਆਂ ਉਹ ਮੁੰਡਿਆਂ ਨਾਲੋਂ 15 ਜ਼ਿਆਦਾ ਹੈ ਤਾਂ ਫਿਰ ਉਹ ਕੀ ਕਹਿੰਦਾ ਕਹਿੰਦਾ ਗਰਲਸ ਹੈ ਜਿਹੜੀਆਂ ਉਹ 10% ਇਨਕਰੀਜ਼ ਹੋ ਗਈਆਂ ਅਤੇ ਜਿਹੜੇ ਮੁੰਡੇ ਹੈ ਉਹ 16% ਇਨਕਰੀਜ਼ ਹੋ ਗਏ ਤਾਂ ਫਿਰ ਦੇਅਰ ਵੁੱਡ ਬੀ 9 ਮੋਰ ਗਰਲਸ ਦੈਨ ਬੋਇਜ਼ ਕਹਿੰਦਾ ਹੁਣ ਵੀ ਜਿਹੜੀਆਂ ਕੁੜੀਆਂ ਉਹ 9 ਜ਼ਿਆਦਾ ਹੈ ਠੀਕ ਹੈ ਜਿਹਦੇ 'ਚ ਕੀ ਹੋਇਆ ਕਿ ਕੁੜੀਆਂ 10% ਇਨਕਰੀਜ਼ ਹੋ ਗਈਆਂ ਮੁੰਡੇ 16% ਅਤੇ ਹਾਲੇ ਵੀ ਕੁੜੀਆਂ ਦੀ ਜਿਹੜੀ ਗਿਣਤੀ ਹੈ ਉਹ 9 ਜ਼ਿਆਦਾ ਹੈ ਅਤੇ ਆਪਾਂ ਦੱਸਣਾ ਕਿ ਸਕੂਲ ਵਿੱਚ ਟੋਟਲ ਸਟੂਡੈਂਟ ਕਿੰਨੇ ਹੈ ਠੀਕ ਹੈ ਹੁਣ ਆਪਾਂ ਇਹ ਦੇਖਦੇ ਹਾਂ ਕਿ ਸਪੋਜ ਕਰੋ ਕਿ ਜੇ ਮੰਨ ਲਓ ਕੁੜੀਆਂ 15 ਹੈ ਨਾ ਜ਼ਿਆਦਾ ਅਤੇ ਜਦੋਂ 10% ਇਨਕਰੀਜ਼ ਹੋਣਗੀਆਂ ਤਾਂ 15 ਦਾ ਆਪਾਂ 10% ਕੱਢ ਲੈਂਦੇ ਹਾਂ ਠੀਕ ਹੈ ਉਮੀਦ ਹੈ ਤੁਹਾਨੂੰ ਪਤਾ ਹੀ ਹੋਊਗਾ 10% ਮਤਲਬ ਦਸਵਾਂ ਹਿੱਸਾ ਤਾਂ ਆਪਾਂ 15 ਦਾ ਦਸਵਾਂ ਹਿੱਸਾ ਕੱਢਿਆ ਤਾਂ ਉਹ ਕਿੰਨਾ ਬਣਿਆ 1.5 ਤਾਂ ਕੁੜੀਆਂ 15 ਤੋਂ 1.5 ਹੋਰ ਵਧਣਗੀਆਂ ਤਾਂ ਕਿੰਨੀਆਂ ਹੋਣੀਆਂ ਚਾਹੀਦੀਆਂ ਸੀ 16.5 ਜ਼ਿਆਦਾ ਜੇ ਆਪਾਂ ਇਹ ਸੋਚੀਏ ਇਕੱਲੀਆਂ ਕੁੜੀਆਂ ਹੀ ਵੱਧਦੀਆਂ ਪਰ ਹੁਣ ਮੁੰਡੇ ਕਿੰਨੇ ਵਧੇ 16% ਅਤੇ ਕੁੜੀਆਂ ਸਿਰਫ 9 ਹੀ ਜ਼ਿਆਦਾ ਆਪਾਂ ਇਹਦਾ ਡਿਫਰੈਂਸ ਦੇਖ ਲੈਂਦੇ ਹਾਂ 16.5 ਅਤੇ 9 ਦਾ ਫਰਕ ਕਿੰਨੇ ਦਾ ਆਇਆ ਠੀਕ ਹੈ ਪਹਿਲਾਂ ਕੀ ਜੇ ਆਪਾਂ ਕਹੀਏ ਵੀ ਮੰਨ ਲਓ ਕੁੜੀਆਂ 10% ਇਨਕਰੀਜ਼ ਹੁੰਦੀਆਂ ਤਾਂ 15 ਦਾ ਵੀ 10% ਇਨਕਰੀਜ਼ ਹੋਣਾ ਸੀ ਤਾਂ ਉਹ ਕਿੰਨਾ ਹੋਣਾ ਸੀਗਾ 1.5 ਜੁੜ ਜਾਂਦਾ ਕਿੰਨਾ ਹੋ ਜਾਂਦਾ 16.5 ਠੀਕ ਹੈ 16.5 ਵੱਧ ਹੋਣੀਆਂ ਚਾਹੀਦੀਆਂ ਸੀ ਕੁੜੀਆਂ ਜੇ ਮੰਨ ਲਓ ਕੁੜੀਆਂ ਹੀ ਸਿਰਫ ਇਨਕਰੀਜ਼ ਹੁੰਦੀਆਂ ਪਰ ਮੁੰਡੇ ਵੀ ਇਨਕਰੀਜ਼ ਹੋਏ ਆ ਉਹਦੀ ਵਜ੍ਹਾ ਕਰਕੇ ਜਿਹੜੇ 16.5 ਇਹ ਘੱਟ ਕੇ ਕਿੰਨਾ ਰਹਿ ਗਿਆ 9 ਤਾਂ ਕਿੰਨੇ ਦਾ ਫਰਕ ਪੈ ਗਿਆ 7.5 ਦਾ ਤਾਂ ਹੁਣ ਮੁੰਡੇ ਕਿੰਨੇ ਵੱਧ ਵਧੇ ਆ ਕੁੜੀਆਂ ਨਾਲੋਂ ਮੁੰਡੇ 16% ਹੋਏ ਇਨਕਰੀਜ਼ ਹੋਏ ਆ ਅਤੇ ਕੁੜੀਆਂ ਜਿਹੜੀਆਂ ਉਹ 10% ਇਨਕਰੀਜ਼ ਹੋਈਆਂ ਤਾਂ ਪਰਸੈਂਟੇਜ ਵਾਈਜ਼ ਮੁੰਡੇ ਕਿੰਨੇ ਜ਼ਿਆਦਾ ਵੱਧ ਗਏ 6% ਇੱਥੋਂ ਆਪਾਂ ਨੂੰ ਹੁਣ ਮੁੰਡਿਆਂ ਦੀ ਗਿਣਤੀ ਆ ਜੂਗੀ 6% ਮੁੰਡਿਆਂ ਦਾ ਹੈਗਾ 75 ਸੋਰੀ 7.5 ਠੀਕ ਹੈ ਇਹਨੂੰ ਵੀ ਆਪਾਂ ਐਂ ਕਰ ਲੈਂਦੇ ਹਾਂ ਪਹੁੰਚ ਹੀ ਲਿਖ ਲੈਂਦੇ ਹਾਂ 75/10 ਅਤੇ ਹੁਣ ਆਪਾਂ 100% ਦੀ ਵੈਲਿਊ ਕੱਢਣੀ ਹੈ ਅਤੇ ਕੱਟ ਲੈਂਦੇ ਹਾਂ ਆਪਾਂ 3 ਦੇ ਪਹਾੜੇ ਤੇ ਪਹਿਲਾਂ ਇਹ ਕੱਟਿਆ ਗਿਆ ਇਹ ਕੱਟਿਆ ਗਿਆ 2 'ਤੇ ਇਹਦੇ ਇਹਦਾ ਮਤਲਬ 2% ਦੀ ਵੈਲਿਊ ਕਿੰਨੀ ਹੈਗੀ ਹੈ 25/10 ਅਤੇ ਹੁਣ ਮੈਂ 2% ਨੂੰ 100 ਬਣਾਉਣਾ ਹੈ ਤਾਂ ਕਾਹਦੇ ਨਾਲ ਗੁਣਾ ਕਰਾਂ 50 ਨਾਲ ਤਾਂ ਫਿਰ 50 ਨਾਲ ਹੀ ਇੱਧਰ ਕਰ ਦਿੰਦੇ ਹਾਂ
ਠੀਕ ਹੈ, ਇਹਦਾ ਮਤਲਬ ਮੁੰਡਿਆਂ ਦਾ ਜਿਹੜਾ 100% ਹੈ, ਮੁੰਡਿਆਂ ਦਾ 100% ਕਿੰਨਾ ਸੀ? 125, ਇਹ ਬੋਇਜ਼ ਦੀ ਗਿਣਤੀ ਆਈ ਹੈ। ਤੇ ਗਰਲਸ ਕਿੰਨੀਆਂ ਸੀ? ਸਟਾਰਟਿੰਗ 'ਚ ਲਿਖਿਆ ਨਾ 15 ਜ਼ਿਆਦਾ, ਤੇ ਫਿਰ ਕੁੜੀਆਂ ਕਿੰਨੀਆਂ ਹੋਣਗੀਆਂ? 125 'ਚ 15 ਜੋੜ ਦਿਓ, ਉਹ ਕਿੰਨੀਆਂ ਸੀ? 140। ਤਾਂ ਟੋਟਲ ਗਰਲਸ ਹੋ ਗਈਆਂ ਆਪਣੀਆਂ 140 ਤੇ ਮੁੰਡੇ ਹੋ ਗਏ ਆਪਾਂ ਕੱਢ ਲਏ 125। ਤਾਂ ਟੋਟਲ ਜਿਹੜਾ ਹੈਗਾ ਸਕੂਲ ਦੇ ਵਿੱਚ ਬੱਚੇ ਕਿੰਨੇ ਸੀ ਜੋ ਕਿ ਪੁੱਛਿਆ ਗਿਆ? 265। ਇਹ ਆਪਸ਼ਨ ਆਪਣਾ ਆਂਸਰ ਹੈ, ਠੀਕ ਹੈ। ਇਹ ਆਪਾਂ ਸ਼ਾਰਟ ਮੈਥਡ ਨਾਲ ਕਰ ਲਿਆ, ਵੈਸੇ ਤਾਂ ਇਹ 'ਚ ਵੇਰੀਏਬਲ ਲਾ ਕੇ ਆਪਾਂ ਨੂੰ ਕਰਨਾ ਪੈਣਾ ਸੀ। ਇੱਕ ਵਾਰੀ ਫਿਰ ਮੈਂ ਓਵਰਵਿਊ ਜਿਹਾ ਦੇ ਦਿੰਦਾ ਇਹਦਾ, ਜਿਹਦੇ 'ਚ ਕੀਤਾ ਕਿ ਉਹਨਾਂ ਨੇ ਦੱਸਿਆ ਸੀ ਕੁੜੀਆਂ ਜਿਹੜੀਆਂ ਹੈਗੀਆਂ ਮੁੰਡਿਆਂ ਨਾਲੋਂ 15 ਜ਼ਿਆਦਾ ਹੈ, ਠੀਕ ਹੈ। ਤੇ ਫਿਰ ਉਹ ਕਹਿੰਦੇ ਕੁੜੀਆਂ ਦੀ ਗਿਣਤੀ 10% ਇਨਕਰੀਜ਼ ਹੋਈ, ਮੁੰਡਿਆਂ ਦੀ 16%, ਤਾਂ ਫਿਰ ਵੀ ਕੁੜੀਆਂ 9 ਜ਼ਿਆਦਾ ਰਹਿ ਗਈਆਂ। ਤੇ ਇਹਦਾ ਮਤਲਬ ਵੈਸੇ ਤਾਂ ਕੁੜੀਆਂ 15 ਤੋਂ 9 ਰਹਿ ਗਈਆਂ, ਹਨਾ, ਜ਼ਿਆਦਾ। ਆਪਾਂ ਇਹ ਦੇਖਿਆ ਵੀ ਜੇ ਮੰਨ ਲਓ ਕੁੜੀਆਂ 10% ਵੱਧਦੀਆਂ ਤਾਂ ਉਹ 1.5 ਹੋਰ ਵੱਧਣੀਆਂ ਚਾਹੀਦੀਆਂ ਸੀ, ਕਿੰਨੀਆਂ ਹੋਣੀਆਂ ਚਾਹੀਦੀਆਂ? 16.5, ਪਰ ਰਹਿ ਗਈਆਂ 9, ਤਾਂ ਕਿੰਨੇ ਦਾ ਫਰਕ ਪਿਆ? 7.5 ਦਾ। ਇਹ 7.5 ਦਾ ਫਰਕ ਕਿਉਂ ਪਿਆ? ਕਿਉਂਕਿ ਮੁੰਡੇ 16% ਇਨਕਰੀਜ਼ ਹੋਏ, ਤਾਂ 6% ਜ਼ਿਆਦਾ ਇਨਕਰੀਜ਼ ਹੋਏ ਕੁੜੀਆਂ ਨਾਲੋਂ। ਤਾਂ 6% ਦੀ ਵੈਲਿਊ 7.5 ਹੈ, ਕੱਟ ਕੇ ਆਪਾਂ 100% ਦੀ ਵੈਲਿਊ ਕੱਢ ਲਈ 125, ਤਾਂ ਮੁੰਡੇ ਆ ਗਏ 125, ਕੁੜੀਆਂ 15 ਜ਼ਿਆਦਾ ਹੈ ਉਹ 140, ਤਾਂ ਫਿਰ ਆਪਾਂ ਟੋਟਲ ਸਕੂਲ ਸਟੂਡੈਂਟ ਕੱਢਣੇ ਸੀ ਉਹ ਜੋੜਤੇ, ਠੀਕ ਹੈ। ਨੈਕਸਟ ਆ ਗਿਆ ਜੀ, ਦ ਪ੍ਰਾਈਜ਼ ਆਫ ਨੈਕਲੇਸ ਵੇਰੀਜ਼ ਡਾਇਰੈਕਟਲੀ ਐਜ਼ ਦ ਨੰਬਰ ਆਫ ਪਰਲਸ। ਹੁਣ ਉਹ ਕੀ ਕਹਿੰਦੇ? ਕਹਿੰਦੇ ਜਿਹੜਾ ਰੇਟ ਹੈ ਨੈਕਲੇਸ ਦਾ ਉਹ ਡਾਇਰੈਕਟਲੀ ਵੇਰੀ ਕਰਦਾ ਵੀ ਕਿੰਨੇ ਉਹਦੇ ਵਿੱਚ ਮੋਤੀ ਲੱਗੇ ਆ। ਆਪਾਂ ਇਹਨੂੰ ਲਿਖ ਲੈਂਦੇ ਹਾਂ ਕਿ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਨੰਬਰ ਆਫ ਪਰਲਸ, ਠੀਕ ਹੈ, ਨੰਬਰ ਆਫ ਪਰਲਸ, ਮੋਤੀਆਂ ਦੀ ਗਿਣਤੀ। ਤੇ ਫਿਰ ਉਹ ਕਹਿੰਦੇ ਇਟ ਵੇਰੀਜ਼ ਡਾਇਰੈਕਟਲੀ ਟੂ ਦਾ ਸਕੁਅਰ ਰੂਟ ਆਫ ਦ ਰੇਡੀਅਸ ਆਫ ਪਰਲ। ਹੁਣ ਉਹ ਕਹਿੰਦੇ ਜਿਹੜਾ ਪ੍ਰਾਈਜ਼ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਕਿਹਦੇ? ਸਕੁਅਰ ਰੂਟ ਆਫ ਰੇਡੀਅਸ ਆਫ ਪਰਲਸ, ਠੀਕ ਹੈ, ਮੋਤੀ ਦਾ ਜਿਹੜਾ ਰੇਡੀਅਸ ਹੈ ਉਹਦੇ ਇਕੁਅਲ ਹੈ। ਹੁਣ ਆਪਾਂ ਇੱਥੇ ਇਕੁਅਲ ਦਾ ਨਿਸ਼ਾਨ ਹੀ ਪਾ ਦਿੰਦੇ ਕਿ ਮੋਤੀਆਂ ਦੀ ਗਿਣਤੀ ਤੇ ਡਾਇਰੈਕਟਲੀ ਹੈ ਜਿਹੜਾ ਰੇਡੀਅਸ ਆ ਉਹਦੇ ਸਕੁਅਰ ਰੂਟ ਦੇ, ਹੈ ਨਾ। ਤੇ ਹੁਣ ਆਪਾਂ ਉਹਨਾਂ ਨੇ ਕੀ ਗਿਵਨ ਹੈ? ਪਹਿਲਾਂ ਉਹਨਾਂ ਨੇ ਆਪਾਂ ਨੂੰ ਕਲੂ ਦਿੱਤਾ ਕਿ ਕਹਿੰਦਾ ਜੇ ਨੈਕਲੇਸ ਹੈਗਾ 150 ਦਾ ਤੇ ਮੋਤੀ ਹੈਗੇ 75 ਤੇ ਇੱਕ ਮੋਤੀ ਦਾ ਰੇਡੀਅਸ ਹੈਗਾ 1 ਸੈਂਟੀਮੀਟਰ, ਤਾਂ ਇਸੇ ਰਿਲੇਸ਼ਨ ਦੇ ਹਿਸਾਬ ਨਾਲ ਤੁਸੀਂ ਦੱਸਣਾ ਕਿ ਰੇਡੀਅਸ ਕਿੰਨਾ ਹੋਊਗਾ ਜੇ ਮੰਨ ਲਓ ਮੋਤੀ 100 ਹੈ ਤੇ ਪ੍ਰਾਈਸ ਹੈਗਾ 600। ਬਸ ਫਿਰ ਆਪਾਂ ਇਹਨੂੰ ਉੱਪਰ ਥੱਲੇ ਲਿਖ ਲੈਂਦੇ ਕਿ ਜਦੋਂ ਪ੍ਰਾਈਸ ਸੀਗਾ 150 ਤਾਂ ਉਦੋਂ ਮੋਤੀ ਕਿੰਨੇ ਸੀਗੇ? 75, ਤੇ ਰੇਡੀਅਸ ਇੱਕ ਮੋਤੀ ਦਾ ਕਿੰਨਾ ਸੀ? 1 ਸੈਂਟੀਮੀਟਰ। ਪਰ ਹੁਣ ਉਹ ਕਹਿੰਦਾ ਜੇ ਪ੍ਰਾਈਸ ਹੈਗਾ 600 ਤੇ ਮੋਤੀ ਹੈਗੇ ਆ 100, ਤਾਂ ਹੁਣ ਆਪਾਂ ਦੱਸਣਾ ਕਿ ਰੇਡੀਅਸ ਕਿੰਨਾ ਹੋਊਗਾ, ਠੀਕ ਹੈ। ਹੁਣ ਤਾਂ ਬਸ ਕ੍ਰੋਸ ਮਲਟੀਪਲਾਈ ਕਰਨਾ ਹੈ। ਇਹਨੂੰ ਆਪਾਂ ਕੱਟ ਲਿਆ, ਇਹ ਕਿੰਨਾ ਆ ਗਿਆ 4, ਇਹ ਵੀ ਕੱਟਿਆ ਗਿਆ, ਇਹ ਕਿੰਨਾ ਆ ਗਿਆ 25, ਇਹ ਵੀ ਕੱਟਿਆ ਗਿਆ 3। ਅੰਡਰ ਰੂਟ ਆਰ ਦੀ ਵੈਲਿਊ ਆ ਗਈ 3, ਤਾਂ ਆਰ ਦੀ ਵੈਲਿਊ ਕੀ ਹੋਊਗੀ? 3 ਦਾ ਸਕੁਅਰ 9 ਸੈਂਟੀਮੀਟਰ, ਤਾਂ ਰੇਡੀਅਸ ਕਿੰਨਾ ਹੋਊਗਾ? 9 ਸੈਂਟੀਮੀਟਰ, ਠੀਕ ਹੈ। ਇਹਦੇ ਵਿੱਚ ਕੁਛ ਨਹੀਂ ਕੀਤਾ, ਜਿਵੇਂ ਜਿਵੇਂ ਉਹਨਾਂ ਨੇ ਗਿਵਨ ਸੀਗਾ ਵੀ ਨੈਕਲੇਸ ਦਾ ਪ੍ਰਾਈਜ਼ ਹੈ ਜਿਹੜਾ ਉਹਦਾ ਰਿਲੇਸ਼ਨ ਹੈਗਾ ਡਾਇਰੈਕਟਲੀ ਪ੍ਰੋਪੋਰਸ਼ਨਲ ਮੋਤੀਆਂ ਦੇ, ਪਹਿਲੀ ਲਾਈਨ 'ਚ ਦੱਸਿਆ, ਤੇ ਉਹੀ ਜਿਹੜਾ ਪ੍ਰਾਈਜ਼ ਹੈ ਉਹਦਾ ਡਾਇਰੈਕਟਲੀ ਹੈਗਾ ਸਕੁਅਰ ਰੂਟ ਆਫ ਰੇਡੀਅਸ, ਮਤਲਬ ਮੋਤੀ ਦਾ ਜਿਹੜਾ ਰੇਡੀਅਸ ਉਹਦੇ ਸਕੁਅਰ ਰੂਟ ਦੇ ਹਿਸਾਬ ਨਾਲ ਉਹਦਾ ਰਿਲੇਸ਼ਨ ਹੈ, ਠੀਕ ਹੈ। ਆਪਾਂ ਵੈਲਿਊਜ਼ ਹੀ ਪੁੱਟ ਕੀਤੇ। 65 ਇਹ ਕੁਐਸਚਨ ਹੈਗਾ, ਦ ਕੋਸਟ ਆਫ ਐਨ ਆਰਟੀਕਲ ਵਿਚ ਇਜ਼ ਕੰਪੋਜ਼ਡ ਆਫ
ਰੋ ਮਟੀਰੀਅਲ ਪਲੱਸ ਵੇਜਿਸ, ਠੀਕ ਹੈ। ਉਹ ਕਹਿੰਦੇ ਜਿਹੜਾ ਆਰਟੀਕਲ ਦੀ ਕੋਸਟ ਹੈ ਉਹ ਕਾਹਦੇ ਤੋਂ ਬਣਦੀ ਹੈ, ਇੱਕ ਤਾਂ ਕੱਚੇ ਮਾਲ ਦਾ ਜਿਹੜਾ ਪ੍ਰਾਈਸ ਹੈ ਪਲੱਸ ਵੇਜਿਸ ਜੋ ਵੀ ਉਹਦੇ ਖਰਚਾ ਵਗੈਰਾ ਆਉਂਦਾ, ਵਾਸ 3 ਟਾਈਮਸ ਦਾ ਵੈਲਿਊ ਆਫ ਰੋ ਮਟੀਰੀਅਲ। ਉਹ ਕਹਿੰਦੇ ਜਿਹੜੀ ਕੋਸਟ ਹੈ ਉਹ 3 ਗੁਣਾ ਹੈ ਰੋ ਮਟੀਰੀਅਲ ਦੇ ਕੋਸਟ ਦੀ। ਹੁਣ ਇੱਥੇ ਆਪਾਂ ਇਹ ਲਿਖ ਲੈਂਦੇ ਫਿਰ, ਕੋਸਟ ਪ੍ਰਾਈਸ ਕਾਹਦੇ ਬਰਾਬਰ ਹੈ, ਰੋ ਮਟੀਰੀਅਲ ਪਲੱਸ ਵੇਜਿਸ, ਠੀਕ ਹੈ। ਹੁਣ ਉਹਨੂੰ ਪਹਿਲੀ ਲਾਈਨ 'ਚ ਕਿਹਾ, ਕਹਿੰਦਾ ਵੀ ਜੇ ਉਹ ਹੈਗੀ ਕੋਸਟ ਪ੍ਰਾਈਸ ਹੈਗੀ 3 ਗੁਣਾ ਰੋ ਮਟੀਰੀਅਲ ਦੀ ਪ੍ਰਾਈਸ ਤੋਂ, ਫਿਰ ਉਹ ਕਹਿੰਦੇ ਜੇ ਕੋਸਟ ਰੋ ਮਟੀਰੀਅਲ ਦੀ ਵੱਧ ਜੇ, ਕਿੰਨੀ ਵੱਧ ਜੇ, 3 ਤੋਂ 7 ਹੋ ਜੇ, ਅਤੇ ਵੇਜਿਸ ਵੀ ਵੱਧ ਜਾਣ, ਕਿੰਨੇ ਵੱਧ ਜਾਣ, 4 ਤੋਂ 9 ਹੋ ਜਾਣ, ਤਾਂ ਫਿਰ ਉਹ ਕਹਿੰਦੇ ਫਾਇੰਡ ਦਾ ਪ੍ਰੈਜੈਂਟ ਕੋਸਟ ਹੈ। ਆਪਾਂ ਫਿਰ ਇਹ ਸਾਰਾ ਕੁਝ ਹੋਣ ਤੋਂ ਬਾਅਦ ਦੱਸਣਾ ਕਿ ਜਿਹੜੀ ਕੋਸਟ ਹੈ ਉਹ ਕਿੰਨੀ ਹੋ ਜਾਊਗੀ, ਜੇ ਓਰੀਜਿਨਲੀ ਕਿੰਨੀ ਸੀਗੀ 18। ਹੁਣ ਆਪਾਂ ਇੱਥੋਂ ਸਟਾਰਟ ਕਰਾਂਗੇ ਲਾਸਟ ਲਾਈਨ ਤੋਂ। ਉਹ ਕਹਿੰਦੇ ਓਰੀਜਿਨਲੀ ਉਹ 18 ਸੀ, ਜੇ ਇਹ 18 ਸੀ ਤਾਂ ਆਪਾਂ ਨੂੰ ਪਹਿਲੀ ਲਾਈਨ 'ਚ ਦੱਸਿਆ ਨਾ, ਉਹ ਕਹਿੰਦੇ ਵੀ ਇਹ ਹੈਗੀ ਹੈ 3 ਗੁਣਾ ਰੋ ਮਟੀਰੀਅਲ ਦਾ, ਤਾਂ ਰੋ ਮਟੀਰੀਅਲ ਕਿੰਨਾ ਹੋਗਾ ਫਿਰ, 6, ਠੀਕ ਹੈ। ਕੁਸ਼ਚਨ 'ਚ ਕਿਹਾ ਹੋਇਆ ਨਾ ਵੀ ਕੋਸਟ ਕਿੰਨੀ ਸੀਗੀ ਪਹਿਲਾਂ 18, ਤੇ ਆ ਪਹਿਲੀ ਲਾਈਨ 'ਚ ਦੇਖੋ ਲਿਖਿਆ ਹੋਇਆ ਕਿ ਕੋਸਟ ਵਾਸ 3 ਟਾਈਮਸ ਆਫ ਦਾ ਵੈਲਿਊ ਆਫ ਰੋ ਮਟੀਰੀਅਲ, ਤਾਂ ਰੋ ਮਟੀਰੀਅਲ ਦਾ 3 ਗੁਣਾ ਹੈ 18। ਕਿਹੜੇ ਨੰਬਰ ਦਾ 3 ਗੁਣਾ ਹੁੰਦਾ 18? 6 ਦਾ, ਇਹਦਾ ਮਤਲਬ ਰੋ ਮਟੀਰੀਅਲ ਹੈਗਾ 6 ਰੁਪਏ, ਤਾਂ ਫਿਰ ਵੇਜਿਸ ਕਿੰਨੇ ਹੋਣਗੇ, 12, ਕਿਉਂਕਿ 12 6 ਜੋੜਾਂਗੇ ਤਾਂ ਹੀ 18 ਬਣਨਗੇ, ਠੀਕ ਹੈ। ਫਿਰ ਉਹ ਕਹਿੰਦਾ ਕਹਿੰਦਾ ਜਿਹੜਾ ਰੋ ਮਟੀਰੀਅਲ ਹੈ ਉਹ 3 ਤੋਂ 7 ਹੋ ਗਿਆ, ਰੋ ਮਟੀਰੀਅਲ ਹੈ ਜਿਹੜਾ, ਇੱਥੇ ਆਪਾਂ ਲਿਖ ਲੈਂਦੇ ਹਾਂ, ਪਹਿਲਾਂ ਤਾਂ 6 ਸੀ ਤਾਂ ਹੁਣ ਉਹ ਕਹਿੰਦਾ ਇਸ ਰੇਸ਼ੋ 'ਚ ਵੱਧ ਗਿਆ 3 ਤੋਂ 7 ਹੋ ਗਿਆ, ਇਹਦਾ ਮਤਲਬ 1 ਤੋਂ ਕਿੰਨਾ ਹੋ ਗਿਆ, 7/3। ਜਿਹੜੇ 6 ਰੁਪਈਏ ਸੀ ਉਹਨੂੰ ਆਪਾਂ 7/3 ਨਾਲ ਗੁਣਾ ਕਰ ਦਈਏ ਤਾਂ ਉਹ ਕਿੰਨੇ ਹੋ ਗਏ ਹੁਣ, 14। ਤਾਂ ਹੁਣ ਜਿਹੜਾ ਨਵਾਂ ਰੋ ਮਟੀਰੀਅਲ ਹੈ ਉਹ ਹੋ ਗਿਆ 14 ਰੁਪਏ ਦਾ। ਤੇ ਫਿਰ ਉਹਨੇ ਕਿਹਾ ਕਿ ਕਹਿੰਦਾ ਵੇਜਿਸ ਹੈ ਜਿਹੜੇ ਉਹ 4 ਤੋਂ 9 ਹੋ ਗਏ, ਤਾਂ ਵੇਜਿਸ ਹੈ ਜਿਹੜੇ ਪਹਿਲਾਂ ਕਿੰਨੇ ਸੀਗੇ 12, ਤੇ ਇਹ 4 ਤੋਂ 9 ਹੋ ਗਏ, ਮਤਲਬ ਜਿਹੜੇ 4 ਰੁਪਈਏ ਸੀ ਉਹ 9 ਹੋ ਗਏ, ਤੇ ਜੇ 1 ਰੁਪਈਆ ਹੈ ਤਾਂ ਉਹ 9/4 ਹੋ ਗਏ, ਤਾਂ 12 ਨੂੰ ਆਪਾਂ 9/4 ਨਾਲ ਗੁਣਾ ਕਰਤਾ, ਇਹ ਕਿੰਨਾ ਹੋ ਗਿਆ, 9 × 3 = 27, ਠੀਕ ਹੈ। ਤਾਂ ਇਹ ਹੋ ਗਏ ਵੇਜਿਸ, ਹੋ ਗਏ 27। ਤਾਂ ਹੁਣ ਜਿਹੜੀ ਨਵੀਂ ਕੋਸਟ ਹੈ, ਕੋਸਟ ਆਪਾਂ ਨੂੰ ਸਟਾਰਟਿੰਗ 'ਚ ਦੱਸਿਆ ਕਿ ਇਹਨਾਂ ਦੋਵਾਂ ਦਾ ਜੋੜ ਹੈ ਰੋ ਮਟੀਰੀਅਲ ਅਤੇ ਵੇਜਿਸ ਦਾ, ਤੇ 14 ਤੇ 27 ਨੂੰ ਜੋੜ ਦਿਓ, ਇਹ ਕਿੰਨਾ ਆ ਜਾਊਗਾ, 41, ਠੀਕ ਹੈ। ਇਹ ਆਪਸ਼ਨ ਆ ਜਾਊਗਾ ਆਨਸਰ, ਕੁਛ ਵੀ ਨਹੀਂ ਸੀ, ਜਿਵੇਂ ਜਿਵੇਂ ਗਿਵਨ ਆਪਾਂ ਉਵੇਂ ਐਜ਼ ਇਟ ਇਜ਼ ਕੀਤਾ। ਨੈਕਸਟ ਆ ਗਿਆ, ਐਨ ਇੰਜਨ ਕੈਨ ਮੂਵ ਐਟ ਅ ਸਪੀਡ ਆਫ 20/3 ਮੀਟਰ/ਸੈਕਿੰਡ ਵਿਦਆਊਟ ਵੈਗਨਸ। ਹੁਣ ਉਹ ਕਹਿੰਦੇ ਮੰਨ ਲਓ ਜੇ ਕੋਈ ਇਕੱਲਾ ਇੰਜਨ ਆ ਉਹਦੇ 'ਚ ਡੱਬੇ ਨਾ ਜੋੜੇ ਹੋਣ, ਤਾਂ ਉਹ 20/3 ਮੀਟਰ/ਸੈਕਿੰਡ ਦੀ ਸਪੀਡ ਨਾਲ ਚੱਲਦਾ ਹੈ। ਫਿਰ ਉਹ ਕਹਿੰਦੇ ਜਿਹੜੀ ਉਹਦੀ ਸਪੀਡ ਦੀ ਰਿਡਕਸ਼ਨ ਹੁੰਦੀ ਹੈ ਉਹ ਕਾਹਦੇ ਹਿਸਾਬ ਨਾਲ ਹੁੰਦੀ ਹੈ, ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਸਕੁਅਰ ਰੂਟ ਆਫ ਦ ਨੰਬਰ ਆਫ ਵੈਗਨਸ ਅਟੈਚਡ। ਉਹ ਕਹਿੰਦਾ ਮੰਨ ਲਓ ਜਿੰਨੀ ਵੀ ਸਪੀਡ ਘਟਦੀ ਹੈ ਉਹ ਕਾਹਦੇ ਹਿਸਾਬ ਨਾਲ ਘਟਦੀ ਹੈ, ਜਿੰਨੇ ਡੱਬੇ ਜੋੜੋਗੇ ਉਹਦੇ ਸਕੁਅਰ ਰੂਟ ਦੇ ਹਿਸਾਬ ਨਾਲ, ਠੀਕ ਹੈ। ਫਿਰ ਉਹਨੇ ਆਪਾਂ ਨੂੰ ਇੱਕ ਦੱਸਤਾ, ਕਹਿੰਦਾ ਵੈਨ ਦੇਅਰ ਆਰ ਓਨਲੀ 4 ਵੈਗਨਸ, ਕਹਿੰਦਾ ਜਦੋਂ ਉਹਦੇ ਨਾਲ ਸਿਰਫ 4 ਡੱਬੇ ਸੀ ਤਾਂ ਕਹਿੰਦਾ ਸਪੀਡ ਕਿੰਨੀ ਰਹਿ ਗਈ, 50/9। ਤੇ ਆਪਾਂ ਦੱਸਣਾ ਕਿ ਮੈਕਸਿਮਮ ਗ੍ਰੇਟੈਸਟ ਨੰਬਰ ਆਫ ਵੈਗਨਸ ਵਿਚ ਦ ਇੰਜਨ ਕੈਨ ਮੂਵ ਦਿਸ, ਆਪਾਂ ਦੱਸਣਾ ਵੱਧ ਤੋਂ ਵੱਧ ਕਿੰਨੇ ਡੱਬੇ ਉਹ ਇੰਜਨ ਖਿੱਚ ਸਕਦਾ। ਤਾਂ ਪਹਿਲਾਂ ਤਾਂ ਪਹਿਲੇ ਲਿਖ ਲੈਂਦੇ ਹਾਂ ਵੀ ਉਹਨਾਂ ਨੇ ਆਪਾਂ ਨੂੰ ਇੱਕੋ ਰਿਲੇਸ਼ਨ ਦੱਸਿਆ ਕਿ ਕਹਿੰਦੇ ਜਿਹੜੀ ਸਪੀਡ ਦਾ ਘਟਣਾ ਹੈ, ਰਿਡਕਸ਼ਨ ਆਫ ਸਪੀਡ, ਉਹ ਕਾਹਦੇ ਇਕੁਅਲ ਹੈ, ਜਿੰਨੇ ਆਪਾਂ ਡੱਬੇ ਅਟੈਚ ਕਰਾਂਗੇ ਵੈਗਨਸ ਮਤਲਬ ਡੱਬੇ ਉਹਦੇ ਸਕੁਅਰ ਰੂਟ ਦੇ ਹਿਸਾਬ ਨਾਲ, ਠੀਕ ਹੈ। ਤਾਂ ਪਹਿਲਾਂ ਉਹਦੀ ਸਪੀਡ ਕਿੰਨੀ ਸੀਗੀ, 20/3 ਮੀਟਰ ਪਰ ਸੈਕਿੰਡ, ਫਿਰ ਉਸ ਤੋਂ ਬਾਅਦ ਘੱਟ ਕੇ ਕਿੰਨੀ ਰਹਿ ਗਈ, 50/9,
9 मीटर पर सेकंड। तो पहले तो आप रिडक्शन लगभग ना कि आ गई, तो इतने एलसीएम ले लो बस, इनू भी 3 गुणा करता, आप इनू भी 3 करता, क्योंकि 9 बना है ना, तो 60 विचों आप 50 घटाते तो किन्नी आ गई 10 बटा 9 मीटर पर सैकेंड, ये रिडक्शन हुई। तो हम आप इतने रिलेशन बना दें कि जदों जदों चार डब्बे जोड़े तो स्पीड कितनी घट गई, 10 बटा 9 मीटर पर सैकेंड, जदों आप चार डब्बे जोड़े। तो आप ये चाहते हैं भी एक बार पूरी स्पीड ही जीरो जी, फिर आप करेंगे भी किन्ने डब्बे लाइए कि पूरी स्पीड ही जी कि निल हो जाए, जीरो हो जाए, तो फिर बिचों एक डब्बा माइनस कर देंगे। पूरी स्पीड एक्चुअल कि 20/3 पहली लाइन च लिखी है, आप चाहते हैं सारी की सारी स्पीड घट जाए तो किन्ने डब्बे जोड़े, बस इनू सॉल्व कर लें आप। ठीक है, क्वेश्चन समझ आ गया। पहला उन्होंने की कहा कि कहते भी जी रिडक्शन होंगी है स्पीड की, वह होंगी है जिन्हें डब्बे अटैच करेंगे वो स्क्वेयर रूट के हिसाब न। फिर वो कहते पहला स्पीड वो 20/3, चार डब्बे जोड़न तो बाद कि रहेगी 50/9। तो आप देखिए रिडक्शन किन्नी हुई चार डब्बे, तो वह आप बस माइनस ही किया तो वह कि 10/9 मीटर पर सैकेंड। यह मतलब ये रिलेशन डायरैक्टली प्रपोर्शनल है कि 10/9 मीटर पर सैकेंड घट जाती है जो चार डब्बे जोड़िए, तो वो स्क्वेयर रूट के हिसाब से आप पहले ही आप लिख चुके हैं। ठीक है, तो फिर आप चाहते हैं भी बिल्कुल ही इंजन रुक जाए, बिल्कुल इंजन रुकन का मतलब जी वो स्पीड से 20/3 सारी की सारी जीरो हो जाए तो किन्ने डब्बे जोड़िए, पहला आप लगा। ठीक है, उन्हें बस मैथामैटिकली सॉल्व करना। तो हूँ अपने को कितना आ गया इतने 1/6, तो कटना तो थोड़ा वैसे आता ही होगा, बाकी हूँ आप स्क्वेयर रूट हटाने दोवे पासे स्क्वेयर कर दें, एक कि जो 1/36, 4/W मतलब वैगन्स, तो 36 × 4 144, तो 144 तो वह नंबर है जिद इंजन बिल्कुल रुक जूगा। पर उन्होंने अपन पूछा कहने मैक्सीम कि पुल कर सकता है, ये आप एक माइनस कर देंगे तो वह मैक्सीम पुल कि करेगा 143। ठीक है, जो कि है बी ऑप्शन अपना आंसर। ठीक है, जो किसी ना समझ लगे एक बार इन्हें दोबारा फिर देख लियो, सिंपल आप रिलेशन ने जस्टिफाई किया होर कुछ। नैक्सट क्वेश्चन है कि एक मार्बल है वह 5 इक्वल हिस्सों टुट जाता है। ठीक है, तो फिर वह कहते प्राइस जोड़ा है मार्बल का वो डायरैक्टली प्रपोर्शनल है क्यूब ऑफ द वेट। ये गल इंपोर्टेंट है कि जोड़ा प्राइज है वो डायरैक्टली प्रपोर्शनल है क्यूब ऑफ वेट, क्यूब ऑफ वेट जिन्ना भी एक मार्बल का एक पत्थर का भार होगा वो क्यूब के डायरैक्टली प्रपोर्शनल। ठीक है, मैं इतने के कॉन्सटेंट नहीं यूज कर रहा, वैसे जो प्रपोर्शनैलिटी का साइन आप हटाने तो के लगता हूँ, तो वह दोवें पासे लगता तो फिर वो कट्टा जाता। तो उन्होंने अपन पूछा इफ देर इज अ लॉस और प्रॉफिट आफ्टर ब्रेकिंग अ मार्बल, फाइंड द लॉस और प्रॉफिट परसेंटेज आफ्टर ब्रेकिंग। ठीक है, वो कहते मान लो टुटन तो बाद घाटा तो होगा, क्योंकि हीरा प्रैक्टिकली भी इदा ही होंगे कि जिदा वह मतलब कि साइज ज्यादा उन्नी वो वैल्यू ज्यादा होंगी, जो वो टुटना शुरू हो जाता तो वैल्यू घटती रहती है। ठीक है, तो उन्होंने अपन कहा कि 5 हिस्सों चो टुटा है बराबर हिस्सों, मतलब 1:1:1:1:1, 5 हिस्से हो गए। हूँ ये की है इन्हों का वेट, आप मानते हैं भी एक एक ग्राम के हिस्से बन गए, तो जो ये नहीं टुटिया से तो यह किन्ने ग्राम का सीगा, सारे हिस्से जोड़ दो 5 ग्राम का, तो पहला टुटन तो यदा वेट कि 5 ग्राम। हूँ मान लो प्राइज की है वेट का क्यूब, तो इतने मैं थले प्राइज लिख दिना, तो एक का क्यूब, फिर यदा भी एक का क्यूब,
ਇੱਕ ਦਾ ਕਿਊਬ ਤੇ ਇੱਕ ਦਾ ਕਿਊਬ ਤੇ ਇੱਕ ਦਾ ਕਿਊਬ, ਇੱਕ ਦਾ ਕਿਊਬ ਤਾਂ ਇੱਕ ਹੀ ਹੋਊਗਾ ਨਾ, ਤਾਂ ਆਪਾਂ ਜੋੜ ਦਈਏ ਤਾਂ ਉਹਨੂੰ ਕਿੰਨੇ ਰੁਪਏ ਬਣਨਗੇ ਟੁੱਟਣ ਤੋਂ ਬਾਅਦ? ਸਿਰਫ 5। ਪਰ ਜਦੋਂ ਉਹ ਟੁੱਟਿਆ ਨਹੀਂ ਸੀ ਉਦੋਂ ਕਿੰਨੇ ਹਿੱਸਿਆਂ ਦਾ ਸੀ? ਕਿਉਂਕਿ ਆਪਾਂ ਸਾਰੇ ਹਿੱਸੇ ਜੋੜਤੇ। ਇੱਕ ਤਰ੍ਹਾਂ ਨਾਲ ਐਵੇਂ ਸੋਚ ਲਓ ਵੀ ਸਿਚੁਏਸ਼ਨ ਨੂੰ ਰਿਵਰਸ ਕਰਤਾ, ਵੀ ਜੇ ਮੰਨ ਲਓ 5 ਬਰਾਬਰ ਹਿੱਸਿਆਂ 'ਚ ਟੁੱਟਿਆ ਉਹ, ਤੇ ਰਿਵਰਸ ਕਰ ਦਈਏ ਤਾਂ ਉਹ ਕਿੰਨੇ ਦਾ ਹੋਊਗਾ? 5 ਗ੍ਰਾਮ ਦਾ। ਤਾਂ ਫਿਰ ਉਹਦਾ ਪ੍ਰਾਈਸ ਕਿੰਨਾ ਸੀ? 5 ਦਾ ਕਿਊਬ। ਤਾਂ 5 ਦਾ ਕਿਊਬ ਕਿੰਨਾ ਹੋ ਗਿਆ? 125। 125 ਰੁਪਏ ਵੱਟਣੇ ਸੀ ਉਹਨੇ ਜੇ ਨਾ ਟੁੱਟਦਾ, ਪਰ ਟੁੱਟਣ ਤੋਂ ਬਾਅਦ ਸਿਰਫ 5 ਰੁਪਏ ਵੱਟੇ, ਤਾਂ ਕਿੰਨੇ ਦਾ ਘਾਟਾ ਪੈ ਗਿ�ا ਉਹਨੂੰ? 125 ਮਾਈਨਸ 5, 120 ਦਾ। ਤੇ ਹੁਣ ਆਪਾਂ ਪਰਸੈਂਟੇਜ ਕੱਢਣੀ ਹੈ ਅਪੋਨ ਓਰੀਜਨਲ ਪ੍ਰਾਈਸ। ਓਰੀਜਨਲ ਵੀ ਕਿੰਨਾ ਸੀ ਉਹ? 125 ਤੇ ਗੁਣਾ 100। ਠੀਕ ਹੈ, ਹੁਣ ਬਸ ਇਹਨੂੰ ਕੱਟ ਵੱਢੀ ਕਰਨੀ ਹੈ। 25 ਦੇ ਪਹਾੜੇ ਤੇ 5 ਤੇ ਕੱਟਿਆ ਗਿਆ, ਇਹ 4 ਤੇ ਕੱਟਿਆ ਗਿਆ, ਤੇ 5 ਦੇ ਪਹਾੜੇ ਤੇ ਇਹ ਕੱਟ ਲਿਆ ਆਪਾਂ 24 ਤੇ। 24 ਚੌਕ 96% ਦਾ ਉਹਨੂੰ ਲਾਸ ਹੋ ਗਿਆ। ਠੀਕ ਹੈ, ਇਹ ਆ ਗਿਆ ਆਪਣਾ ਸੀ ਆਪਸ਼ਨ। ਨੈਕਸਟ ਆ ਗਿਆ ਇਲੈਕਟ੍ਰਿਸਿਟੀ ਬਿੱਲ ਇਨ ਅ ਲੋਕੇਸ਼ਨ ਹੈਜ਼ ਟੂ ਪਾਰਟਸ। ਉਹ ਕਹਿੰਦੇ ਮੰਨ ਲਓ ਬਿਜਲੀ ਦਾ ਬਿੱਲ ਆਉਂਦਾ ਹੈ, ਉਹਦੇ ਦੋ ਹਿੱਸੇ ਹੁੰਦੇ ਆ। ਵਨ ਪਾਰਟ ਇਜ਼ ਫਿਕਸਡ, ਫਿਕਸਡ ਸੋਰੀ, ਇੱਕ ਪਾਰਟ ਉਹ ਕਹਿੰਦੇ ਫਿਕਸਡ ਹੈ, ਤੇ ਦੂਜਾ ਪਾਰਟ ਵੇਰੀ ਕਰਦਾ ਵੀ ਜਿੰਨੀਆਂ ਯੂਨਿਟਾਂ ਮੱਚੀਆਂ ਉਹਦੇ ਹਿਸਾਬ ਨਾਲ ਉਹ ਵਾਧਾ ਕਰਦਾ। ਵੀ ਇੱਕ ਪਾਰਟ ਫਿਕਸ ਹੋ ਗਿਆ ਮਤਲਬ ਉਹਨਾਂ ਤਾਂ ਆਉਣਾ ਹੀ ਆਉਣਾ, ਪਰ ਬਾਕੀ ਕੀ ਹੈ ਵੀ ਜਦੋਂ ਯੂਨਿਟਾਂ ਵਧਣਗੀਆਂ, ਜੇ ਦੋ ਵੱਧ ਗਈਆਂ, ਤਿੰਨ ਚਾਰ, ਉਹਦੇ ਹਿਸਾਬ ਨਾਲ ਉਹ ਬਿੱਲ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗਾ, ਵੀ ਵੱਧਦਾ ਜਾਊਗਾ। ਠੀਕ ਹੈ, ਤੇ ਹੁਣ ਉਹ ਕਹਿੰਦੇ ਵੀ ਇੱਕ ਪਰਸਨ ਨੇ 555 ਰੁਪਏ ਬਿੱਲ ਪੇ ਕੀਤਾ 170 ਯੂਨਿਟਾਂ ਦਾ। ਇੱਥੇ ਆਪਾਂ ਲਿਖ ਲੈਂਦੇ ਹਾਂ ਕਿ 170 ਯੂਨਿਟਸ ਦਾ ਉਹ 555 ਰੁਪਏ ਦੇਖਿਆ ਹੈ ਬਿੱਲ। ਠੀਕ ਹੈ, ਫਿਰ ਇੱਕ ਹੋਰ ਪਰਸਨ ਹੈ, ਉਹਨੇ 630 ਰੁਪਏ ਦਿੱਤੇ 220 ਯੂਨਿਟਾਂ ਦੇ, 220 ਯੂਨਿਟਾਂ ਉਹਦੇ ਮੀਟਰ ਤੇ ਮੱਚੀਆਂ, ਤਾਂ ਉਹ ਬਿੱਲ ਭਰਨ ਗਿਆ ਉਹਦੇ 630 ਹੋ ਗਈ। ਤਾਂ ਹੁਣ ਆਪਾਂ ਪਹਿਲਾਂ ਤਾਂ ਇਹਨਾਂ ਡਿਫਰੈਂਸ ਹੀ ਕਰ ਲੈਂਦੇ ਹਾਂ ਵੀ ਕਿੰਨੀਆਂ ਦਾ ਯੂਨਿਟਾਂ ਦਾ ਫਰਕ ਪੈ ਗਿਆ। ਯੂਨਿਟਾਂ ਦਾ ਫਰਕ ਕਿੰਨੇ ਦਾ ਪਿਆ? 50 ਦਾ। ਠੀਕ ਹੈ, ਤੇ ਕਿੰਨੇ ਰੁਪਈਆਂ ਦਾ ਫਰਕ ਪੈ ਗਿਆ? ਰੁਪਈਆਂ ਦਾ ਫਰਕ ਕਿੰਨੇ ਦਾ ਪਿਆ? 75 ਦਾ। ਇਹਦਾ ਮਤਲਬ 50 ਯੂਨਿਟਾਂ ਦੇ 75 ਰੁਪਏ ਲੈਂਦੇ ਹੋ, ਤਾਂ ਇੱਕ ਯੂਨਿਟ ਦੇ ਕਿੰਨੇ ਲੈਣਗੇ? 75/50, ਇਹਨੂੰ ਆਪਾਂ ਕੱਟ ਲੈਂਦੇ ਹਾਂ, ਇਹ ਹੋ ਗਿਆ 1.5 ਰੁਪਈਆ ਪਰ ਯੂਨਿਟ। ਇਹ ਆਪਾਂ ਨੂੰ ਪਤਾ ਲੱਗ ਗਿਆ ਵੀ ਇੱਕ ਯੂਨਿਟ ਹੁੰਦੀ ਹੈ ਜਿਹੜੀ ਉਹ 1.5 ਰੁਪਏ ਦੀ ਹੈ ਨਾ। ਤੇ ਫਿਰ ਆਪਾਂ ਇਹ ਫਿਕਸਡ ਪ੍ਰਾਈਸ ਕੱਢਦੇ ਹਾਂ, ਕਿਉਂਕਿ ਆਪਾਂ ਇਹ ਸੈਕਿੰਡ ਵਾਲਾ ਪਾਰਟ ਤਾਂ ਕੱਢ ਲਿਆ ਵੀ ਜਿੱਥੇ ਉਹਨੇ ਕਿਹਾ ਸੀਗਾ ਵੀ ਸੈਕਿੰਡ ਪਾਰਟ ਵੇਰੀਅਸ ਦਾ ਨੰਬਰ ਆਫ ਯੂਨਿਟਸ ਕੰਜ਼ਿਊਮਡ। ਇਹਦਾ ਮਤਲਬ ਜਦੋਂ ਵੀ ਯੂਨਿਟ ਇੱਕ ਵਧੂਗੀ ਤਾਂ 1.5 ਰੁਪਈਆ ਵਧੂਗਾ, ਇਹ ਤਾਂ ਆਪਾਂ ਕੱਢ ਲਿਆ। ਹੁਣ ਆਪਾਂ ਕੱਢਦੇ ਹਾਂ ਵੀ ਫਿਕਸਡ ਪਾਰਟ ਕਿੰਨਾ ਇਹਦੇ ਵਿੱਚ। ਤਾਂ ਹੁਣ ਆਪਾਂ ਇਹ ਦੇਖਦੇ ਹਾਂ ਜੇ 1.5 ਰੁਪਈਏ ਦਾ ਇੱਕ ਯੂਨਿਟ ਹੈ, ਚਾਹੇ ਪਹਿਲੇ 'ਚ ਪੁੱਟ ਕਰ ਲਓ ਚਾਹੇ ਦੂਜੇ 'ਚ, ਤਾਂ 220 ਯੂਨਿਟ ਜਦੋਂ ਮੱਚੇ, ਜੇ 1.5 ਰੁਪਏ ਦਾ ਇੱਕ ਯੂਨਿਟ ਹੈ ਤਾਂ 220 ਯੂਨਿਟ ਜਦੋਂ ਮੱਚਦੇ ਹੈ, ਤਾਂ ਉਦੋਂ ਕਿੰਨੇ ਪੈਸੇ ਪੇ ਕਰਨੇ ਪੈਣਗੇ? 330 ਰੁਪਏ ਦਾ ਯੂਨਿਟਾਂ ਦਾ ਪ੍ਰਾਈਸ ਹੈ, ਪਰ ਉਹ ਕਿੰਨੇ ਪੇ ਕਰੀ ਜਾਂਦਾ? 630। ਤਾਂ 630 'ਚੋਂ ਆਪਾਂ ਯੂਨਿਟਾਂ ਵਾਲੇ ਘਟਾ ਤੇ ਤਾਂ ਰਹਿ ਕਿੰਨੇ ਗਏ? 300। 300 ਕੀ ਹੈ ਹੁਣ? ਫਿਕਸਡ ਮਤਲਬ ਇੰਨਾ ਤਾਂ ਉਹਨੂੰ ਪੇ ਕਰਨਾ ਹੀ ਪੈਂਦਾ, ਫਿਕਸਡ ਮਤਲਬ ਕਹਿ ਲਓ ਪ੍ਰਾਈਸ ਜੋ ਵੀ ਹੈ ਨਾ, ਇੰਨਾ ਪੇ ਕਰਨਾ ਹੀ ਪੈਣਾ। ਹੁਣ ਇਸ ਤੋਂ ਬਾਅਦ ਕੁਐਸਚਨ ਤੇ ਆ ਜਾਓ। ਹੁਣ ਉਹ ਕਹਿੰਦਾ ਵੀ ਰੇਸ਼ੋ ਦੱਸੋ ਵੀ ਇੱਕ ਬੰਦੇ ਦੇ ਤਾਂ 380 ਯੂਨਿਟ ਮੱਚੇ ਆ, ਦੂਜੇ ਦੇ ਮੱਚੇ ਆ 250, ਤਾਂ ਉਹਨਾਂ ਦੀ ਰੇਸ਼ੋ ਦੱਸ ਦਿਓ ਬਿੱਲ ਦੀ। ਆਪਾਂ ਇੱਥੇ ਮੰਨ ਲੈਂਦੇ ਵੀ ਇੱਕ ਬੰਦਾ ਹੈਗਾ ਏ ਤੇ ਦੂਜਾ ਹੈਗਾ ਬੀ। ਠੀਕ ਹੈ, ਹੁਣ ਏ ਆ ਜਿਹੜਾ, ਪਹਿਲਾਂ ਆਪਾਂ ਕੈਲਕੂਲੇਟ ਕਰ ਲੈਂਦੇ, ਜਿਹੜਾ ਏ ਆ ਉਹਦੇ ਯੂਨਿਟ ਕਿੰਨੇ ਮੱਚੇ ਆ? 380। ਤਾਂ ਉਹਨੂੰ 1.5 ਰੁਪਈਆ ਇੱਕ ਯੂਨਿਟ ਦਾ ਤਾਂ ਦੇਣਾ ਹੀ ਪੈਣਾ, ਇਹਨੂੰ ਆਪਾਂ 1.5 ਨਾਲ ਗੁਣਾ ਕਰ ਦਈਏ ਤੇ ਪਲੱਸ
300 ਰੁਪਈਆ ਆ ਜਿਹੜਾ ਆਪਾਂ ਫਿਕਸਡ ਕੱਢਿਆ ਇਹ ਵੀ ਦੇਣਾ ਪੈਣਾ, ਇਹ ਉਹਦਾ ਬਿੱਲ ਬਣ ਗਿਆ। ਠੀਕ ਹੈ, ਹੁਣ ਆਪਾਂ ਇਹਨੂੰ ਗੁਣਾ ਕਰ ਦਿੰਦੇ ਹਾਂ, 15 × 8 120, 12 ਆ ਗਿਆ ਕੈਰੀ, ਅਤੇ 15 × 3 = 45, 45 × 12 57, 570 ਅਤੇ 300, ਮਤਲਬ ਏ ਦਾ ਬਿੱਲ ਕਿੰਨਾ ਹੋ ਗਿਆ 870 ਰੁਪਈਏ। ਸੇਮ ਹੀ ਹੁਣ ਆਪਾਂ ਬੀ ਦਾ ਵੀ ਕੈਲਕੂਲੇਟ ਕਰ ਲੈਂਦੇ ਹਾਂ, ਇੱਥੇ ਕਰ ਦਿੰਦਾ ਮੈਂ ਉੱਪਰ। ਠੀਕ ਹੈ, ਬੀ ਦੇ ਕਿੰਨੇ ਯੂਨਿਟ ਹੈ? 250। ਠੀਕ ਹੈ, ਇੱਕ ਯੂਨਿਟ ਕਿੰਨੇ ਦਾ? ਉਹੀ 1.5 ਰੁਪਏ ਦਾ, ਤੇ ਇਹ ਕਿੰਨਾ ਬਣਿਆ? 375 ਰੁਪਏ ਤਾਂ ਇਹ ਬਣ ਗਏ, ਅਤੇ 300 ਰੁਪਇਆ ਜਿਹੜਾ ਫਿਕਸਡ ਹੈ ਉਹ ਵੀ ਕਰਨਾ ਉਹਨੇ, ਅਤੇ ਇਹਦਾ ਬਿੱਲ ਕਿੰਨਾ ਹੋ ਗਿਆ? 675। ਤਾਂ ਬੀ ਪੇ ਕਰੂਗਾ 675। ਉਸ ਤੋਂ ਬਾਅਦ ਤਾਂ ਬਸ ਇਹਨੂੰ ਜਿੰਨਾ ਕੁ ਕੱਟਿਆ ਜਾਂਦਾ ਆਪਾਂ ਕੱਟ ਦੇਣਾ, 5 ਦੇ ਭਾੜੇ 'ਤੇ ਕੱਟ ਲਓ। 5 ਦੇ ਭਾੜੇ 'ਤੇ ਆਪਾਂ ਇਹਨੂੰ ਕੱਟਿਆ 17 × 5 = 85, 5 × 20, ਤਾਂ ਇਹਨੂੰ ਵੀ ਆਪਾਂ ਕੱਟਦੇ ਹਾਂ 13 × 5 = 65, ਅਤੇ 5 × 5 = 25। ਇਸ ਤੋਂ ਅੱਗੇ ਕੱਟੇ ਨਹੀਂ ਜਾਣੇ, ਨਹੀਂ ਕੱਟੇ ਜਾਣਗੇ। ਡਿਜਿਟਸ ਦਾ ਸਮ ਲਾ ਕੇ ਦੇਖ ਲਓ, 7 × 4 = 11, 1 = 12, 5 × 3 = 8, 1 = 9, ਮਤਲਬ ਇਹ 3 ਦੇ ਭਾੜੇ 'ਤੇ ਕੱਟੇ ਜਾਣਗੇ। 3 ਦੇ ਭਾੜੇ 'ਤੇ ਫਿਰ ਕੱਟ ਲਿਆ ਆਪਾਂ, ਇਹ ਕਿੰਨਾ ਆ ਗਿਆ? 5 × 3 = 15, ਅਤੇ 8 × 3 = 24, ਫਿਰ ਇਹ 4 × 3 = 12, ਅਤੇ 5 × 3 = 15, 58 × 45। ਹੁਣ ਇਹ ਕੱਟੇ ਨਹੀਂ ਜਾਣੇ ਕਿਉਂਕਿ 58 ਕੀ ਹੈ? 29 ਦੇ ਭਾੜੇ 'ਤੇ ਆਊਗਾ, 45 ਤਾਂ ਆਉਣਾ ਹੈ, ਤਾਂ ਡੀ ਆਪਸ਼ਨ ਇਹਦਾ ਆਂਸਰ ਹੈ। ਠੀਕ ਹੈ, ਬਸ ਵੈਸੇ ਇਹਦੇ ਵਿੱਚ ਨਾ ਸਟੇਟਮੈਂਟਸ ਹੀ ਲੈਂਥੀ ਹੈ ਜ਼ਿਆਦਾ, ਹੋਰ ਕੁਛ ਵੀ ਨਹੀਂ। ਸਟੇਟਮੈਂਟ ਤੁਸੀਂ ਧਿਆਨ ਨਾਲ ਪੜ੍ਹ ਲਈ ਤਾਂ ਜਿਵੇਂ ਜਿਵੇਂ ਕਹਿ ਰਹੇ ਬਸ ਉਵੇਂ ਉਵੇਂ ਕਰਦੇ ਜਾਣਾ, ਕੋਈ ਇਹਦੇ ਵਿੱਚ ਕੋਈ ਜ਼ਿਆਦਾ ਮਤਲਬ ਦਿਮਾਗ ਲਾਉਣ ਵਾਲਾ ਕੁਛ ਹੈ ਹੀ ਨਹੀਂ। ਸਾਈਕੋਲੋਜੀਕਲੀ ਹਾਂ ਜ਼ਰੂਰ ਲੱਗਦਾ ਵੀ ਸਟੇਟਮੈਂਟ ਤਾਂ ਬਹੁਤ ਵੱਡੀ ਹੈ, ਪਤਾ ਨਹੀਂ ਹੋਊਗੀ ਕਿ ਨਹੀਂ ਹੋਊਗੀ, ਕਿਉਂਕਿ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਵੀ ਫੋਬੀਆ ਲਿਆਉਂਦਾ ਮੈਥ ਤੋਂ, ਤਾਂ ਫਿਰ ਉਹ ਤਾਂ ਸੋਚਦੇ ਵੀ ਪਤਾ ਨਹੀਂ ਕੀ ਆ ਗਿਆ। ਨੈਕਸਟ ਕੁਸ਼ਚਨ ਹੁਣ ਇਹਦੇ ਵਿੱਚ ਉਹ ਕਹਿੰਦੇ ਇਨ ਆ ਕਲਰਡ ਪਿਕਚਰ ਆਫ ਬਲੂ ਯੈਲੋ ਰੈਡ ਦੇ ਆਰ ਇਨ ਦਾ ਰੇਸ਼ੋ 6:11:7। ਹੁਣ ਉਹ ਕਹਿੰਦੇ ਵੀ ਇੱਕ ਕਲਰਡ ਪਿਕਚਰ ਹੈ, ਉਹਦੇ ਵਿੱਚ 6, 11 ਅਤੇ 7 ਇਹ ਹੈਗਾ ਬਲੂ ਕਲਰ ਅਤੇ ਯੈਲੋ ਕਲਰ ਅਤੇ ਰੈੱਡ ਕਲਰ, ਉਹਦਾ ਅਨੁਪਾਤ ਹੈ। ਠੀਕ ਹੈ, ਅਤੇ ਫਿਰ ਉਹ ਕਹਿੰਦੇ ਵੀ ਜੇ ਆਪਾਂ ਅਪਰ 1/3 ਮਤਲਬ ਇੱਕ ਫੋਟੋ ਨੂੰ ਉਹਨੇ 3 ਹਿੱਸਿਆਂ 'ਚ ਵੰਡ ਲਿਆ, ਮਤਲਬ ਆਪਾਂ ਮਤਲਬ ਬਰਾਬਰ 3 ਹਿੱਸੇ, ਠੀਕ ਹੈ, 1/3 ਦੇ ਵਿੱਚ ਅਪਰ ਵਾਲੇ 'ਚ ਦੇਖੀਏ, ਅਤੇ ਕਹਿੰਦਾ ਇਹੀ ਰੇਸ਼ੋ ਜਿਹੜੀ ਬਲੂ ਯੈਲੋ ਰੈੱਡ ਇਹ ਹੈਗੀ ਹੈ 3:5:2। ਅਤੇ ਫਿਰ ਉਹ ਕਹਿੰਦਾ ਜੇ ਆਪਾਂ ਮਿਡਲ ਵਾਲੇ ਜਾਂ ਲੋਅਰ 1/3 'ਚ ਦੇਖੀਏ ਤਾਂ ਬਲੂ ਯੈਲੋ ਰੈੱਡ ਦੀ ਰੇਸ਼ੋ ਕਿੰਨੀ ਹੈਗੀ ਹੈ? 1:4:3। ਅਤੇ ਮਿਡਲ ਵਾਲੇ 'ਚ ਪੁੱਛਿਆ ਉਹਨੇ, ਕਹਿੰਦਾ ਬਲੂ ਯੈਲੋ ਰੈੱਡ ਦੀ ਇੱਥੇ ਰੇਸ਼ੋ ਦੱਸੋ। ਹੁਣ ਆਪਾਂ ਕੀ ਕਰਨਾ? ਪਹਿਲਾਂ ਤਾਂ ਜੋੜ ਲਾਈਏ, ਆਹ ਪੂਰੀ ਪਿਕਚਰ ਦਾ ਹੈ, ਇਹਦੇ ਵਿੱਚ ਮਤਲਬ ਕਹਿ ਲਓ 3 ਹਿੱਸਿਆਂ ਦਾ ਕੰਬਾਈਂਡ ਹੈ, ਤਾਂ ਪਹਿਲਾਂ ਇਹਨਾਂ ਦਾ ਜੋੜ ਲਾ ਲੈਂਦੇ ਆਪਾਂ, 6 ਅਤੇ 11 ਕਿੰਨੇ ਹੋ ਗਏ ਆਪਣੇ ਕੋਲ? 17 ਅਤੇ 7 = 24। ਠੀਕ ਹੈ, ਅਤੇ ਇੱਥੇ ਕਿੰਨਾ ਹੋ ਗਿਆ? 5, 3, 8, 8 ਅਤੇ 2 = 10, ਅਤੇ 4 ਅਤੇ 1 = 5, 5 ਅਤੇ 3 = 8। ਠੀਕ ਹੈ, ਹੁਣ ਆਪਾਂ ਐਲਸੀਅਮ ਲੈ ਲੈਂਦੇ ਹਾਂ 24, 10 ਅਤੇ 8 ਦਾ, ਕਿਉਂਕਿ ਆਪਾਂ ਵੈਸੇ ਤਾਂ ਇਹਨੂੰ ਐਵੇਂ ਵੀ ਕਰ ਸਕਦੇ, ਮੰਨ ਲਓ ਜੇ ਪੂਰੀ ਪਿਕਚਰ 24 ਹਿੱਸੇ ਹੈ ਤਾਂ 3 3 ਹਿੱਸਿਆਂ 'ਚ ਵੰਡਾਂਗੇ ਤਾਂ 8 8 'ਚ ਵੰਡੇ ਜਾਣਗੇ, ਤਾਂ ਆਪਾਂ ਐਲਸੀਅਮ ਹੀ ਲੈ ਲੈਂਦੇ ਹਾਂ। ਐਲਸੀਅਮ ਕੀ ਆਪਾਂ ਇਹਨੂੰ ਐਂ ਕਰਦੇ ਹਾਂ, ਸਿੱਧਾ 10 ਨਾਲ ਹੀ ਗੁਣਾ ਕਰ ਲੈਂਦੇ ਹਾਂ, ਕਿਉਂਕਿ ਰੇਸ਼ੋ ਦਾ ਕੰਸੈਪਟ ਹੁੰਦਾ ਨਾ ਵੀ ਆਪਾਂ ਇਹਨਾਂ ਨੂੰ ਕਰ ਸਕਦੇ ਹਾਂ ਆਪਦੇ ਹਿਸਾਬ ਨਾਲ ਮੋਡੀਫਾਈ, ਕਿਉਂਕਿ ਜੇ ਇੱਕ ਨੰਬਰ ਨੂੰ ਕਰਾਂਗੇ ਤਾਂ ਬਾਕੀ ਇਹਨੂੰ ਵੀ ਕਰਾਂਗੇ। ਆਪਾਂ ਇਹਨੂੰ 240 ਬਣਾ ਲਿਆ, ਹੁਣ ਜੇ ਪੂਰੀ ਪਿਕਚਰ 240 ਹਿੱਸੇ ਹੈ
ਤਾਂ ਮੈਨੂੰ ਦੱਸੋ ਤੀਜਾ ਹਿੱਸਾ ਕਿੰਨਾ ਹੋਊਗਾ? 80, 1/3 ਇਹਦਾ, 240 ਦਾ। ਜੇ ਆਪਾਂ 1/3 1/3 ਤਿੰਨ ਹਿੱਸਿਆਂ 'ਚ ਵੰਡੀਏ ਤਾਂ ਕਿੰਨਾ ਬਣ ਗਿਆ? 80। ਹੁਣ ਆ ਇੱਥੇ ਕਿੰਨਾ? 10, ਤਾਂ ਇਹ ਵੀ 80 ਹੋਣੇ ਚਾਹੀਦੇ। ਫਿਰ ਇਹਨੂੰ ਆਪਾਂ 8 ਨਾਲ ਗੁਣਾ ਕਰਤਾ ਤਾਂ ਇਹ ਕਿੰਨਾ ਬਣ ਗਿਆ? 24 ਅਤੇ 40 ਅਤੇ 16। ਤਾਂ ਸੇਮ ਹੀ ਨੀਚੇ ਵਾਲੇ ਹਿੱਸੇ 'ਚ ਇਹ ਵੀ 80 ਹੋਣੇ ਚਾਹੀਦੇ, ਇਹਨੂੰ ਫਿਰ 10 ਨਾਲ ਗੁਣਾ ਕਰਾਂਗੇ ਤਾਂ ਇਹਨਾਂ ਸਾਰਿਆਂ 'ਚ ਕਿੰਨਾ ਕੁ ਜਾਣੀ ਹੈ? 0। ਠੀਕ ਹੈ, ਹੁਣ ਆਪਾਂ ਪਹਿਲਾਂ ਉੱਪਰਲਾ ਹਿੱਸਾ ਲਿਖ ਲੈਂਦੇ, ਉਹ ਬਣ ਗਿਆ 24 40 ਅਤੇ 16। ਤਾਂ ਰੇਸ਼ੋ ਦਾ ਜ਼ਰੂਰ ਖਿਆਲ ਰੱਖਣਾ ਹੈ, ਬਲੂ ਯੈਲੋ ਅਤੇ ਰੈੱਡ, ਰੇਸ਼ੋ ਐਜ਼ ਇਟ ਇਜ਼ ਹੀ ਹੋਣੀ ਚਾਹੀਦੀ, ਅੱਗੇ ਪਿੱਛੇ ਨਹੀਂ ਹੋਣੀ ਚਾਹੀਦੀ। 10, 40 ਅਤੇ 30। ਹੁਣ ਆਪਾਂ ਇਹ ਜੋੜ ਲੈਂਦੇ ਹਾਂ, ਇਹ ਕਿੰਨਾ ਆ ਗਿਆ? 6 ਅਤੇ 4। ਇਹ ਕਿੰਨਾ ਆ ਗਿਆ? 80। ਅਤੇ ਇਹ ਕਿੰਨਾ ਆ ਗਿਆ? 34। ਹੁਣ ਆਹ ਦੋ ਹਿੱਸਿਆਂ ਦਾ ਜੋੜ ਆ ਗਿਆ, ਤਾਂ ਇਹਦੇ ਵਿੱਚ ਕੀ ਹੈ? ਤਿੰਨ ਹਿੱਸੇ ਆ, ਤਾਂ ਦੋ ਹਿੱਸਿਆਂ ਦਾ ਜੋੜ ਆਪਾਂ ਮਾਈਨਸ ਕਰ ਦਿੰਦੇ ਹਾਂ, ਤੀਜੇ ਹਿੱਸੇ ਦੀ ਰੇਸ਼ੋ ਆ ਜਾਊਗੀ। ਠੀਕ ਹੈ, 80 ਅਤੇ 46, ਇਹ ਆਪਾਂ ਘਟਾ ਦਿੰਦੇ ਹਾਂ, ਤਾਂ 10, 60 ਵਿੱਚੋਂ ਆਪਾਂ 30 ਘਟਾਏ, 30 ਦੇ ਵਿੱਚੋਂ 4 ਹੋਰ ਘਟਾ ਦਿਓ, ਕਿੰਨੇ ਰਹਿ ਗਏ? 26। 110 ਵਿੱਚੋਂ ਆਪਾਂ 80 ਘਟਾਏ ਤਾਂ ਕਿੰਨੇ ਰਹਿ ਗਏ? 30। ਤਾਂ 17 ਵਿੱਚੋਂ ਆਪਾਂ 40 ਘਟਾਏ ਤਾਂ ਕਿੰਨੇ ਰਹਿ ਗਏ? 30। 30 ਵਿੱਚੋਂ 6 ਹੋਰ ਘਟਾ ਦਿਓ, ਕਿੰਨੇ ਰਹਿ ਗਏ? 24। ਤਾਂ ਹਾਲੇ ਵੀ ਕੱਟੇ ਜਾ ਸਕਦੇ ਆ, ਇਹ ਕਿੰਨੀ ਆ ਜੂਗੀ? 13, 15 ਅਤੇ 12। ਇਹ ਆ ਗਈ ਆਪਣੀ ਰੇਸ਼ੋ, 13, 15, 12, ਮਤਲਬ ਸੀ ਆਪਸ਼ਨ ਆਪਣਾ ਆਨਸਰ। ਬਸ ਇਹਨੂੰ ਮੈਨੂੰ ਦੱਸਣ 'ਚ ਟਾਈਮ ਲੱਗਿਆ, ਬਸ ਜੇ ਤੁਹਾਨੂੰ ਕੰਸੈਪਟ ਇਹਦਾ ਆ ਗਿਆ ਨਾ ਤਾਂ ਬੜਾ ਈਜ਼ੀਲੀ ਬੜੇ ਆਰਾਮ ਨਾਲ ਹੋ ਜੂਗਾ ਇਹ। ਕੁਛ ਵੀ ਨਹੀਂ ਕੀਤਾ ਆਪਾਂ, ਸਿੰਪਲ ਪਹਿਲਾਂ ਕੀ ਲਿਖਿਆ ਵੀ ਜਿਹੜਾ ਤਾਂ ਸਾਰੀ ਫੋਟੋ ਦੀ ਰੇਸ਼ੋ ਸੀ ਉਹਦਾ ਜੋੜ ਕਰ ਲਿਆ, ਫਿਰ ਜਿਹੜਾ ਪਹਿਲਾ ਹਿੱਸਾ ਦਿੱਤਾ ਸੀ ਉੱਪਰਲਾ, ਕਿਉਂਕਿ ਤਿੰਨ ਬਰਾਬਰ ਹਿੱਸਿਆਂ 'ਚ ਵੰਡਿਆ ਤਾਂ ਉਹਦਾ ਜੋੜ ਕੀਤਾ, ਨੀਚੇ ਵਾਲੇ ਹਿੱਸੇ ਦਾ ਜੋੜ ਕੀਤਾ, ਤਾਂ ਐਲਸੀਅਮ ਲੈ ਲਿਆ। ਐਲਸੀਅਮ ਕੀ? 24 ਨੂੰ ਆਪਾਂ 10 ਨਾਲ ਗੁਣਾ ਕਰਕੇ ਤੇ 240 ਬਣਾ ਲਿਆ। ਫਿਰ ਆਪਾਂ ਨੂੰ ਪਤਾ ਵੀ ਜੇ ਤੀਜਾ ਤੀਜੇ ਹਿੱਸਾ ਬਣਾਵਾਂਗੇ ਇਹਦਾ ਤਾਂ 80 80 80 ਦੇ ਤਿੰਨ ਹਿੱਸੇ ਬਣਨਗੇ, ਤਾਂ ਉਹ ਦੋ ਹਿੱਸੇ ਜੋੜ ਕਰਕੇ ਤੇ ਮਾਈਨਸ ਕਰਤਾ, ਮਿਡਲ ਵਾਲਾ ਪਾਰਟ ਆ ਗਿਆ ਆਪਣੇ ਕੋਲ। ਹਾਂਜੀ, ਨੈਕਸਟ ਕੁਐਸਚਨ ਹੈ, ਬਾਈ ਐਨ ਇੰਜਨ ਦਾ ਕੰਜਪਸ਼ਨ ਆਫ ਕੋਲ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦਾ ਸਕੁਅਰ ਆਫ ਇਟਸ ਵੈਲੋਸਿਟੀ। ਹੁਣ ਉਹ ਕਹਿੰਦੇ ਮੰਨ ਲਓ ਇੱਕ ਇੰਜਨ ਹੈ, ਉਹਦੇ ਵਿੱਚ ਜਿਹੜੀ ਕੋਲੇ ਦੀ ਖਪਤ ਹੁੰਦੀ ਹੈ ਉਹ ਕਾਹਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਮਤਲਬ ਕਾਹਦੇ ਬਰਾਬਰ ਹੈ, ਇਹ ਸਮਝ ਲਓ ਕਿ ਸਪੀਡ ਜਿਹੜੀ ਹੈਗੀ, ਵਲੋਸਿਟੀ ਸਪੀਡ ਨਹੀਂ ਕਹਿ ਦਿੰਦੇ, ਅਤੇ ਸਪੀਡ ਦੇ ਸਕੁਅਰ ਦੇ ਹਿਸਾਬ ਨਾਲ। ਫਿਰ ਉਹਨੇ ਆਪਾਂ ਨੂੰ ਇੱਕ ਹਿੰਟ ਦਿੱਤਾ, ਇਹ ਕਹਿੰਦਾ ਜਦੋਂ 40 ਕਿਲੋਮੀਟਰ ਪਰ ਆਵਰ ਸਪੀਡ ਸੀ ਤਾਂ ਖਪਤ ਕੋਲੇ ਦੀ ਹੁੰਦੀ ਸੀ 100 ਕਿਲੋ। ਫਿਰ ਉਹ ਕਹਿੰਦਾ ਜੇ 50 ਪੈਸੇ ਪ੍ਰਤੀ ਕਿਲੋ ਕੋਲਾ ਹੈ ਅਤੇ 32 ਰੁਪਏ ਇੱਕ ਘੰਟੇ ਦਾ ਖਰਚਾ ਆਉਂਦਾ, ਤਾਂ ਆਪਾਂ ਦੱਸਣਾ ਕਿ ਜੇ 160 ਕਿਲੋਮੀਟਰ ਟਰੈਵਲ ਕਰੇ ਤਾਂ ਕਿੰਨਾ ਕੋਲਾ ਖਪਤ ਹੋਊ। ਤਾਂ ਪਹਿਲਾਂ ਤਾਂ ਆਪਾਂ ਇੱਥੋਂ ਹੀ ਕੱਢਦੇ ਹਾਂ ਕਿ ਮੰਨ ਲਓ 50 ਪੈਸੇ ਪਰ ਕਿਲੋ ਹੈ ਕੋਲਾ, ਠੀਕ ਹੈ, ਅਤੇ 32 ਰੁਪਈਆਂ ਦਾ ਕਿੰਨਾ ਹੋ ਗਿਆ? 32 ਰੁਪਏ ਇੱਕ ਘੰਟੇ ਦੇ ਲੱਗਦੇ ਆ, ਤਾਂ ਇਹਦਾ ਮਤਲਬ ਇੱਕ ਘੰਟੇ ਦੇ ਵਿੱਚ ਕਿੰਨਾ ਕੰਜ਼ਿਊਮ ਹੁੰਦਾ? 64 ਕਿਲੋ। ਠੀਕ ਹੈ, ਅਤੇ ਫਿਰ ਉਸ ਤੋਂ ਬਾਅਦ ਆਪਾਂ ਰਿਲੇਸ਼ਨ 'ਤੇ ਆ ਜਾਂਦੇ ਕਿ ਕੰਜ਼ਪਸ਼ਨ ਕੀ ਹੈ ਵਿਲੋਸਟੀ ਦੇ ਸਕੁਅਰ ਦੇ ਹਿਸਾਬ ਨਾਲ। ਹੁਣ ਮੰਨ ਲਓ ਜਦੋਂ 100 ਕਿਲੋ ਕੋਲਾ ਸੀ ਖਪਤ ਹੁੰਦਾ ਸੀ ਤਾਂ ਸਪੀਡ ਕਿੰਨੀ ਸੀ? 40, ਅਤੇ ਜਦੋਂ 64 ਹੁੰਦਾ, ਮੈਂ ਦੱਸਿਆ ਨਾ 64, ਤਾਂ ਉਦੋਂ ਆਪਾਂ ਦੇਖਣਾ ਕਿ ਵਿਲੋਸਟੀ ਕਿੰਨੀ ਹੋਊਗੀ। ਤਾਂ ਵਿਲੋਸਟੀ ਦਾ ਕੀ ਹੈ? ਸਕੁਅਰ, ਤਾਂ ਆਪਾਂ ਸਾਰੇ ਦੇ ਸਕੁਅਰ ਕਰਤੇ ਕਿਉਂਕਿ ਉੱਪਰ ਵੀ ਸਕੁਅਰ ਕਰਨਾ ਪਊ ਨੀਚੇ ਵੀ, ਤਾਂ ਇੱਥੋਂ ਹੁਣ ਇਹਦਾ ਆਪਾਂ ਸਕੁਅਰ ਰੂਟ ਕਰ ਦਾਂਗੇ 100 ਅਤੇ 64 ਦਾ, ਇਹ ਕਿੰਨਾ ਆ ਜੂਗਾ? 10/8 ਅਤੇ ਬਰਾਬਰ ਕਿੰਨਾ ਆ ਗਿਆ? 40/20। ਹੁਣ ਬਸ ਕੱਟ ਹੀ ਕਰਨਾ ਇਹਨੂੰ, ਤਾਂ 20 ਦੀ ਵੈਲਿਊ ਕਿੰਨੀ ਆ ਗਈ? 8 × 4 = 32, ਅਤੇ ਇਹਦੀ ਸਪੀਡ ਆ ਗਈ ਇੱਕ ਤਰ੍ਹਾਂ ਦੀ 32 ਕਿਲੋਮੀਟਰ ਪਰ ਆਵਰ। ਹੁਣ ਉਹਨਾਂ ਨੇ ਆਪਾਂ ਨੂੰ ਪੁੱਛਿਆ ਕਿ ਇਹ ਖਪਤ,
ਕਿੰਨੇ ਕਿਲੋਮੀਟਰ ਚ 160 ਚ, ਤੇ ਜੇ 32 ਦੀ ਸਪੀਡ ਹੈ 160 ਤੈਅ ਕਰਨਾ ਹੈ ਤਾਂ ਫਿਰ ਕਿੰਨੇ ਘੰਟੇ ਲੱਗਣਗੇ? 5 ਘੰਟੇ। 1 ਘੰਟੇ ਦਾ ਹੈਗਾ 64 ਕਿਲੋ, ਤੇ 5 ਘੰਟਿਆਂ ਦਾ ਕਿੰਨਾ ਹੋਊਗਾ? 64 × 5। 5 ਨਾਲ ਕਿਸੇ ਵੀ ਨੰਬਰ ਨੂੰ ਗੁਣਾ ਕਰਨਾ ਨਾ, ਉਹਦਾ ਅੱਧ ਕਰਕੇ ਤੇ ਜ਼ੀਰੋ ਲਾ ਦਿਆ ਕਰੋ ਬਸ। ਇਹ ਕਿੰਨਾ ਆ ਜਾਊਗਾ? 320 ਕਿਲੋ। ਠੀਕ ਹੈ, ਸਿਰਫ ਕੁਛ ਵੀ ਨਹੀਂ ਕੀਤਾ ਆਪਾਂ, ਜੋ ਰਿਲੇਸ਼ਨ ਦੱਸਿਆ ਸੀ ਕੰਜ਼ਪਸ਼ਨ ਆਫ ਕੋਲ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਸਕੁਅਰ ਆਫ ਵੈਲੋਸਿਟੀ, ਬਸ ਉਹਨੇ ਜਸਟੀਫਾਈ ਕੀਤਾ, ਹੋਰ ਕੁਛ ਵੀ ਨਹੀਂ। ਨੈਕਸਟ ਕੁਐਸਚਨ ਆ ਗਿਆ ਕਿ ਉਹ ਕਹਿੰਦੇ ਤਿੰਨ ਪਰਸਨ ਹੈ, ਉਹਨਾਂ ਦੀ ਜਿਹੜੀ ਏ ਬੀ ਸੀ ਹੈ, ਤਿੰਨ ਜਾਣੇ ਹੈ ਏ ਬੀ ਤੇ ਸੀ, ਤੇ ਉਹ ਕਹਿੰਦੇ ਏ ਸਪੈਂਡ ਕਰਦਾ 75%, ਇਹਨਾਂ ਦਾ ਐਕਸਪੈਂਡੀਚਰ ਹੈ, ਬੀ ਕਰਦਾ 70% ਤੇ ਸੀ ਕਰਦਾ 80%। ਤਾਂ ਫਿਰ ਉਹ ਕਹਿੰਦੇ ਉਹਨਾਂ ਦੀ ਸੇਵਿੰਗ ਦੀ ਰੇਸ਼ੋ ਕਿੰਨੀ ਹੁੰਦੀ ਹੈ? 20:9। ਤਾਂ ਪਹਿਲਾਂ ਤਾਂ ਆਪਾਂ ਇਹ ਕਰ ਲੈਂਦੇ ਪਰਸੈਂਟੇਜ ਹੈ ਤਾਂ ਮਤਲਬ 100-100% ਸਾਰਿਆਂ ਦੀ ਇਨਕਮ ਹੈ, 100% ਹੀ ਬੀ ਦੀ ਹੈ ਤੇ 100% ਹੀ ਸੀ ਦੀ। ਤੇ ਜੇ ਇਨਕਮ ਵਿੱਚੋਂ ਆਪਾਂ ਐਕਸਪੈਂਡੀਚਰ ਮਾਈਨਸ ਕਰ ਦਈਏ, ਠੀਕ ਹੈ, ਤਾਂ ਕੀ ਬਚੂਗਾ ਆਪਣੇ ਕੋਲ? ਸੇਵਿੰਗ। 100% ਚੋਂ ਮੰਨ ਲਓ ਉਹਨਾਂ ਨੇ 75% ਦਿੱਤਾ ਖਰਚ, ਤੇ ਸੇਵਿੰਗ ਕਿੰਨੀ ਆ ਗਈ? 25। ਬੀ ਨੇ 100 ਚੋਂ ਕਿੰਨਾ ਖਰਚ ਤਾ? 70, ਤਾਂ ਸੇਵਿੰਗ ਕਿੰਨੀ ਆ ਗਈ? 30%। ਤੇ ਸੀ ਨੇ 100 ਚੋਂ ਖਰਚ ਤਾ 80, ਤਾਂ ਸੇਵਿੰਗ ਕਿੰਨੀ ਆ ਗਈ? 20%। ਹੁਣ ਇਹਨੂੰ ਆਪਾਂ ਫ੍ਰੈਕਸ਼ਨ ਚ ਲਿਖ ਲੈਂਦੇ। ਫ੍ਰੈਕਸ਼ਨ ਦਾ ਮਤਲਬ ਜਿਵੇਂ 25% ਹੈ, ਵੈਸੇ ਤਾਂ ਆਪਾਂ ਪਰਸੈਂਟੇਜ ਵਾਲਾ ਚੈਪਟਰ ਕਰਾਂਗੇ ਤਾਂ ਉਦੋਂ ਮੈਂ ਤੁਹਾਨੂੰ ਯਾਦ ਹੀ ਕਰਾਊਂਗਾ 25/100 ਲਿਖ ਕੇ ਐਵੇਂ ਕਰਕੇ। ਤਾਂ ਸੇਵ ਇਹਨੇ 1/4 ਕੀਤਾ, ਇਹਨੇ 3/10, ਜੇ 30/100 ਲਿਖ ਕੇ ਕੱਟੋਗੇ ਤਾਂ 20% ਹੁੰਦਾ 1/5। ਤੇ ਹੁਣ ਸੇਵ ਕੀਤੇ ਹੋਏ ਹਿੱਸੇ ਦੇ ਬਰਾਬਰ ਰੱਖ ਦਿੰਦੇ ਆਪਾਂ, ਇਹਨੇ ਕਿੰਨੇ ਸੇਵ ਕੀਤੇ? 20, ਤਾਂ 1/4 ਦੇ ਬਰਾਬਰ ਆਪਾਂ 20 ਹਿੱਸੇ ਰੱਖਦੇ। ਮਤਲਬ ਜੇ 4 ਹਿੱਸੇ ਸੀ ਤਾਂ 1 ਹਿੱਸਾ ਸੇਵ ਕੀਤਾ, ਉਹਦੀ ਵੈਲਿਊ 20 ਹੈ, ਤੇ ਇਹਦਾ ਮਤਲਬ ਉਹਦੀ ਇਨਕਮ ਕਿੰਨੀ ਸੀ? 80। ਟੋਟਲ 80 ਹਿੱਸੇ ਸੀ, 4 × 20 ਕਰਤਾ। ਤੇ ਇੱਥੇ ਬੀ ਨੇ ਕਿੰਨੇ ਸੇਵ ਕੀਤੇ? 9, ਤੇ ਆ 3 ਕੱਟਿਆ ਗਿਆ, ਤੇ 10 × 3, ਤਾਂ ਇਹਦੀ ਇਨਕਮ ਕਿੰਨੀ ਸੀ? 30। ਤੇ ਸੀ ਨੇ ਕਿੰਨੇ ਸੇਵ ਕੀਤੇ? 8, 8 ਹਿੱਸੇ ਸੇਵ ਕੀਤੇ, ਤਾਂ 8 × 5 = 40, ਤਾਂ ਇਹਦੀ ਇਨਕਮ ਕਿੰਨੀ ਸੀ? 40। ਠੀਕ ਹੈ, ਹੁਣ 0 ਕੱਟੀ ਜਾਊਗੀ ਤਾਂ ਇਨਕਮ ਦੀ ਰੇਸ਼ੋ ਆ ਗਈ 8, 3 ਤੇ 4। ਤੇ ਹੁਣ ਟੋਟਲ ਕਿੰਨੀ ਹੈ ਇਨਕਮ? ਹਿੱਸੇ ਕਿੰਨੇ ਬਣ ਗਏ? ਇਹ 15, ਤੇ ਜਿਹਦੀ ਵੈਲਿਊ ਕਿੰਨੀ ਦੱਸੀ? 45,000 ਕੁਸ਼ਚਨ 'ਚ ਦੱਸਿਆ ਹੋਇਆ। ਦੇਖੋ ਕਹਿੰਦੇ ਤਿੰਨਾਂ ਕੋਲ ਮਿਲਾ ਕੇ 45,000 ਹੈ, ਤਾਂ 1 ਹਿੱਸੇ ਦੀ ਵੈਲਿਊ ਕਿੰਨੀ ਆ ਗਈ? 3,000। ਠੀਕ ਹੈ, ਤੇ ਉਹਨਾਂ ਨੇ ਪੁੱਛਿਆ ਕਿਹਦਾ ਆਪਾਂ ਨੂੰ? ਅੱਛਾ, ਅੱਡੋ ਅੱਡ ਇਨਕਮ ਪੁੱਛੀ ਹੈ। ਫਿਰ 8 ਨੂੰ ਵੀ ਆਪਾਂ 3,000 ਨਾਲ ਗੁਣਾ ਕਰ ਦਿਆਂਗੇ, 3 ਨੂੰ ਵੀ ਆਪਾਂ 3,000 ਨਾਲ ਗੁਣਾ ਕਰ ਦਿਆਂਗੇ, ਤੇ 4 ਨੂੰ ਵੀ 3,000 ਨਾਲ ਗੁਣਾ ਕਰ ਦਿਆਂਗੇ। ਇਹ ਕਿੰਨਾ ਆ ਜਾਊਗਾ? ਏ ਦੀ ਇਨਕਮ ਆ ਗਈ 24,000, ਬੀ ਦੀ ਇਨਕਮ ਆ ਗਈ 9,000, ਤੇ ਸੀ ਦੀ ਇਨਕਮ ਆ ਗਈ 12,000, ਜੋ ਕਿ ਕੀ ਆਪਣਾ ਇਹ ਆਪਸ਼ਨ ਆਪਣਾ ਆਨਸਰ ਹੈ। ਠੀਕ ਹੈ, ਨੈਕਸਟ ਆ ਗਿਆ 72। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਾਈਮ ਕੋਸਟ ਆਫ ਐਨ ਆਰਟੀਕਲ ਇਜ਼ ਥਰਾਈਸ ਆਫ ਰੋ ਮਟੀਰੀਅਲ। ਕਹਿੰਦੇ ਜਿਹੜੀ ਮੰਨ ਲਓ ਕੋਸਟ ਹੈ, ਮਤਲਬ ਕੋਸਟ ਪ੍ਰਾਈਸ ਸਮਝ ਲਓ, ਕੋਸਟ ਪ੍ਰਾਈਸ ਹੈਗਾ 3 × ਰੋ ਮਟੀਰੀਅਲ ਦਾ। ਤੇ ਫਿਰ ਉਹ ਕਹਿੰਦੇ ਜੇ ਰੋ ਮਟੀਰੀਅਲ 5 ਤੋਂ 12 ਹੁੰਦਾ, ਵੱਧ ਹੈ, ਤੇ ਮੈਨੂਫੈਕਚਰਿੰਗ ਕੋਸਟ ਹੈ ਜਿਹੜੀ ਉਹ ਵੱਧਦੀ ਹੈ 4 ਤੋਂ 5 ਹੁੰਦੀ, ਤੇ ਜੇ ਪਹਿਲਾਂ ਕਹਿੰਦੇ 60 ਰੁਪਏ ਸੀ ਤਾਂ ਹੁਣ ਕਿੰਨਾ ਹੋ ਜਾਊਗਾ? ਇੱਥੇ ਹੁਣ ਪ੍ਰਾਈਮ ਕੋਸਟ ਹੈ ਨਾ ਜਿਹੜੀ, ਉਹ ਕਾਹਤੇ ਡਿਪੈਂਡ ਕਰਦੀ ਹੈ? ਰੋ ਮਟੀਰੀਅਲ ਪਲੱਸ ਮੈਨੂਫੈਕਚਰਿੰਗ ਕੋਸਟ। ਠੀਕ ਹੈ, ਹੁਣ ਇਹ ਕੁਸ਼ਚਨ ਆਪਾਂ ਪਹਿਲਾਂ ਕਰ ਚੁੱਕੇ ਹਾਂ ਇਸ ਨਾਲ ਦਾ ਡਿਟੋ, ਇਹ ਤੁਸੀਂ ਖੁਦ ਟਰਾਈ ਕਰਨਾ ਤੇ ਮੈਨੂੰ
ਕਮੈਂਟ ਸੈਕਸ਼ਨ ਵਿੱਚ ਇਹਦਾ ਨਾ ਆਨਸਰ ਜ਼ਰੂਰ ਦੱਸਿਓ, ਠੀਕ ਹੈ। ਸਾਰਿਆਂ ਨੇ ਖੁਦ ਟਰਾਈ ਕਰਨਾ ਹੈ, ਸੇਮ ਕੁਐਸਚਨ ਆਪਾਂ ਕੀਤਾ ਹੋਇਆ, ਸਿਰਫ ਵੈਲਿਊਜ਼ ਹੀ ਚੇਂਜ ਹੈ। ਨੈਕਸਟ ਕੁਐਸਚਨ ਆ ਗਿਆ ਕਿ ਕੋਸਟ ਆਫ ਪਲਾਈਬੋਰਡ ਵੇਰੀਜ਼ ਡਾਇਰੈਕਟਲੀ ਟੂ ਦਾ ਸਕੁਏਅਰ ਆਫ ਵੇਟ। ਉਹ ਕਹਿੰਦੇ ਜਿਹੜੀ ਕੋਸਟ ਹੈ ਪਲਾਈਬੋਰਡ ਦੀ, ਉਹ ਕਾਹਤੇ ਡਿਪੈਂਡ ਕਰਦੀ ਹੈ? ਜਿਹੜਾ ਵੇਟ ਹੈ ਉਹਦੇ ਸਕੁਏਅਰ ਦੇ ਹਿਸਾਬ ਨਾਲ, ਠੀਕ ਹੈ। ਫਿਰ ਉਹ ਕਹਿੰਦੇ ਜੇ ਮੰਨ ਲਓ 3 ਹਿੱਸਿਆਂ 'ਚ ਟੁੱਟਦਾ ਹੈ, 9 1 ਹਿੱਸਾ 9 ਬਣਦਾ, 1 2 ਅਤੇ 1 1, 9 2 ਅਤੇ 1, ਅਤੇ ਇਹਦੀ ਬਜਾਏ ਉਹ ਕਹਿੰਦੇ 9 2 1 ਦੀ ਬਜਾਏ ਜੇ ਉਹ 7 3 2 'ਚ ਟੁੱਟੇ ਤਾਂ ਉਹਨੂੰ ਲੋਸ ਹੁੰਦਾ ਕਿੰਨੇ ਦਾ? 448 ਦਾ। ਉਹ ਕਹਿੰਦੇ ਫਰਦਰ ਉਹਨੂੰ ਲੋਸ ਹੁੰਦਾ। ਆਪਾਂ ਦੱਸਣਾ ਓਰੀਜਿਨਲ ਕੋਸਟ, ਮਤਲਬ ਜਦੋਂ ਇਹ ਜੁੜਿਆ ਹੋਇਆ ਸੀ ਉਦੋਂ ਕਿੰਨੇ ਦਾ ਸੀ। ਬਸ ਆਪਾਂ ਉਵੇਂ ਕਰਨਾ, ਕੋਸਟ ਹੈ ਜਿਹੜੀ ਉਹ ਕਾਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ? ਵੇਟ ਦੇ ਸਕੁਏਅਰ ਦੇ। ਹੁਣ ਆਹ ਤਾਂ ਰੇਟ ਹੀ ਹੈ ਨਾ, ਮੰਨ ਲਓ ਉਹਦੇ 9 ਹਿੱਸੇ ਹੈ, ਤਾਂ ਇਹਦਾ ਫਿਰ ਪ੍ਰਾਈਸ ਕਿੰਨਾ ਹੋਊਗਾ? 9 ਦਾ ਸਕੁਏਅਰ 81, ਇਹਦੇ 2 ਹਿੱਸੇ ਹੈ, 2 ਦਾ ਸਕੁਏਅਰ 4, ਇਹ ਆਪਾਂ ਪ੍ਰਾਈਸ ਲਿਖੀ ਜਾਂਦੇ ਹਾਂ ਸਕੁਏਅਰ ਕਰ ਕਰਕੇ, 1 ਦਾ ਸਕੁਏਅਰ 1। ਅਤੇ ਜੇ ਮੰਨ ਲਓ ਟੁੱਟਣ ਤੋਂ ਬਾਅਦ ਇੱਦਾਂ ਉਹ ਵੇਚਦਾ ਤਾਂ ਉਹ ਕਿੰਨੇ ਦਾ ਵੇਚਦਾ? 86ਆਂ ਦਾ, ਠੀਕ ਹੈ। ਫਿਰ ਆ ਜਿਹੜਾ 7 3 2 ਹੈ, ਮੰਨ ਲਓ ਜਿਹੜਾ 7 ਵਾਲਾ ਹਿੱਸਾ ਹੈ ਇਹ ਕਿੰਨੇ ਦਾ ਵਿਕਦਾ? ਸਕੁਏਅਰ 'ਚ 49 ਦਾ। ਜਿਹੜਾ 3 ਵਾਲਾ ਹਿੱਸਾ ਹੈ ਕਿੰਨੇ ਦਾ ਵਿਕਦਾ? ਸਕੁਏਅਰ 'ਚ 9 ਦਾ। ਜਿਹੜਾ 2 ਵਾਲਾ ਹਿੱਸਾ ਹੈ ਸਕੁਏਅਰ 'ਚ ਕਿੰਨੇ ਦਾ ਵਿਕਦਾ? 4 ਦਾ। ਤਾਂ ਇਸ ਹਿਸਾਬ ਨਾਲ ਕਿੰਨੇ ਪੈਸੇ ਵੱਟਦਾ ਉਹ? 49 ਤੇ 9 58 62। ਅਤੇ ਉਹਨੂੰ ਘਾਟਾ ਕਿੰਨੇ ਦਾ ਪੈ ਗਿਆ? ਵੀ ਪਹਿਲੇ ਕੇਸ 'ਚ 86 ਵੱਟਦਾ ਸੀ, ਦੂਜੇ 'ਚ 62, ਅਤੇ ਘਾਟਾ ਕਿੰਨੇ ਦਾ ਹੋ ਗਿਆ? 24 ਦਾ। ਅਤੇ ਇਹਦੀ ਵੈਲਿਊ ਕੁਐਸਚਨ 'ਚ ਦੱਸੀ ਹੋਈ ਹੈ, 400 ਤੇ 48 ਰੁਪਏ ਇਹ ਦੱਸੀ ਹੈ। 1 ਹਿੱਸੇ ਦੀ ਵੈਲਿਊ ਕਿੰਨੀ ਆ ਗਈ? 448 / 24 ਰੁਪਏ। ਹੁਣ ਉਹ ਕਹਿੰਦੇ ਵੀ ਜੇ ਮੰਨ ਲਓ ਇਹ ਨਾ ਟੁੱਟਦਾ, ਜੇ ਨਾ ਟੁੱਟਦਾ ਤਾਂ ਸਾਰੇ ਹਿੱਸੇ ਜੁੜੇ ਹੋਣੇ ਸੀ, 7 3 10 ਤੇ 2 12, ਭਾਰ ਕਿੰਨਾ ਹੋਣਾ ਸੀ? 12, ਅਤੇ ਰੇਟ ਕਿੰਨਾ ਹੋਣਾ ਸੀ? 12 ਦਾ ਸਕੁਏਅਰ ਕਿੰਨਾ? 144। ਤਾਂ 1 ਹਿੱਸੇ ਦੀ ਵੈਲਿਊ ਹੈਗੀ ਹੈ 448 / 24, ਅਤੇ 144 ਹਿੱਸਿਆਂ ਦੀ ਵੈਲਿਊ ਕਿੰਨੀ ਹੋਊਗੀ? ਗੁਣਾ ਕਰ ਦਿਓ ਬਸ, 24 × 6 ਹੁੰਦੇ 144, ਇਹਨੂੰ ਆਪਾਂ ਗੁਣਾ ਕਰਦੇ ਹਾਂ, 8 6 48, 6 4 24 ਤੇ 4 28, 6 6 24, 24 ਤੇ 2 26, ਤਾਂ 2688 ਦਾ ਇਹ ਵਿਕਣਾ ਸੀ, ਜੋ ਕਿ ਕੀ ਹੈ? ਬੀ ਆਪਸ਼ਨ ਆਪਣਾ ਆਨਸਰ ਹੈ, ਠੀਕ ਹੈ। ਨੈਕਸਟ ਆ ਗਿਆ 74 ਦੇ ਵਿੱਚ ਉਹਨਾਂ ਨੇ ਕਿਹਾ ਬਾਏ ਐਨ ਇੰਜਨ ਦਾ ਕੰਜਪਸ਼ਨ ਆਫ ਕੋਲ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਸਕੁਏਅਰ ਆਫ ਇਟਸ ਵੈਲੋਸਿਟੀ। ਸੇਮ ਕੁਐਸਚਨ ਹੀ ਆ ਗਿਆ ਸ਼ਾਇਦ, ਆਪਾਂ ਹੁਣੇ 70 ਨੰਬਰ ਜਿਹੜਾ ਕੀਤਾ ਨਾ ਉਹਦੇ ਵਰਗੇ 70 ਹੈ ਜਾਂ 71 ਹੈ, ਸੇਮ ਹੈ ਜਮਾ। ਬਸ ਹੁਣ ਇਹਨੂੰ ਆਪਾਂ ਜਲਦੀ ਜਲਦੀ ਕਰ ਦਿੰਦੇ ਹਾਂ। ਕੰਜਪਸ਼ਨ ਕਾਹਤੇ ਡਿਪੈਂਡ ਕਰਦੀ ਹੈ? ਵਿਲੋਸਟੀ ਦੇ ਸਕੁਏਅਰ 'ਤੇ। ਵਿਲੋਸਟੀ ਕੁਛ ਵੀ ਨਹੀਂ, ਇੱਥੇ ਸਪੀਡ ਹੈ, ਠੀਕ ਹੈ ਨਾ, ਤੁਹਾਨੂੰ ਘਬਰਾਉਣਾ, ਵਿਲੋਸਟੀ ਲਿਖਿਆ ਤਾਂ ਕੋਈ ਸਾਇੰਸ ਦੀ ਗੱਲ ਹੈ, ਵਿਲੋਸਟੀ 'ਚ ਬਸ ਡਾਇਰੈਕਸ਼ਨ ਦੱਸੀ ਹੁੰਦੀ, ਠੀਕ ਹੈ। ਹੁਣ ਉਹ ਕਹਿੰਦਾ ਵੀ ਜੇ ਮੰਨ ਲਓ 100 ਕਿਲੋ ਕੰਜ਼ਿਊਮ ਕਰਦਾ ਹੈ ਤਾਂ ਉਦੋਂ ਦੀ ਸਪੀਡ ਹੁੰਦੀ ਹੈ 50 ਮਾਈਲ/ਆਵਰ। ਅਤੇ ਫਿਰ ਉਹਨੇ ਆਪਾਂ ਨੂੰ ਇਹ ਵੀ ਦੱਸਤਾ, ਕਹਿੰਦਾ 25 ਪੈਸੇ/ਕਿਲੋ ਹੈ ਕੋਲਾ, ਅਤੇ 9 ਰੁਪਏ 1 ਘੰਟੇ ਦੇ ਲੱਗਦੇ। ਪਹਿਲਾਂ ਆਪਾਂ ਇਹ ਕੱਢਦੇ ਵੀ 1 ਘੰਟੇ 'ਚ ਉਹ ਕੰਜ਼ਿਊਮ ਕਿੰਨੇ ਕਰੂਗਾ। 25 ਪੈਸੇ ਨੂੰ ਆਪਾਂ 1/4 ਹੀ ਲਿਖਾਂਗੇ, ਹੈ ਨਾ, ਤਾਂ 1 ਘੰਟੇ 'ਚ ਕਿੰਨੇ ਕੰਜ਼ਿਊਮ ਕਰਦਾ ਉਹ? 36 ਕਿਲੋ। 1 ਘੰਟੇ 'ਚ ਆਪਾਂ ਕੱਢ ਲਿਆ ਵੀ ਉਹ 36 ਕਿਲੋ ਕੰਜ਼ਿਊਮ ਕਰਦਾ। ਹੁਣ ਜੇ ਮੰਨ ਲਓ 100 ਕਿਲੋ ਕਰਦਾ ਸੀ ਜਦੋਂ 50 ਦੀ ਸਪੀਡ ਸੀ, ਜਦੋਂ 36 ਕਿਲੋ ਕਰੂਗਾ ਤਾਂ ਸਪੀਡ ਫਿਰ ਕਿੰਨੀ ਹੋਊਗੀ? ਹੋਲ ਦਾ ਸਕੁਏਅਰ ਕਰਤਾ, ਕਿਉਂਕਿ ਆਪਾਂ ਨੂੰ ਰਿਲੇਸ਼ਨ ਦੱਸਿਆ ਹੈ ਕੰਜ਼ਪਸ਼ਨ ਕਾਹਦੇ ਇਕੁਅਲ ਹੈ? ਵਿਲੋਸਟੀ ਦੇ ਸਕੁਏਅਰ ਦੇ। ਤਾਂ ਹੁਣ ਆਪਾਂ ਇੱਧਰ ਸਕੁਏਅਰ ਰੂਟ ਕਰ ਦਾਂਗੇ, ਕਿੰਨਾ ਆ ਜਾਊਗਾ? 10/6 ਤੇ 50/20,
ਬਸ ਇਹਨੂੰ ਕੱਟ ਕੇ ਤਾਂ ਵੀ ਦੀ ਵੈਲਿਊ ਕਿੰਨੀ ਆ ਗਈ 30 ਮਾਈਲਸ ਪਰ ਆਵਰ। ਠੀਕ ਹੈ, ਹੁਣ ਜਾਣਾ ਕਿੰਨੀ ਦੂਰ ਹੈ 250 ਮਾਈਲ, ਤੇ 250 ਮਾਈਲ ਤੇ ਟਾਈਮ ਕਿੰਨਾ ਲੱਗ ਜੂਗਾ, 250 ਬਟਾ ਸਪੀਡ, ਇਹ ਕਿੰਨਾ ਆ ਗਿਆ 25 ਬਟਾ 3 ਘੰਟੇ। 1 ਘੰਟੇ ਦਾ ਆਪਾਂ ਨੂੰ ਦੱਸਿਆ ਹੋਇਆ, ਤੇ 25 ਬਟਾ 3 ਘੰਟਿਆਂ 'ਚ ਕਿੰਨੇ ਕੰਜ਼ਿਊਮ ਕਰੂਗਾ ਉਹ, 25 ਬਟਾ 3 ਆਪਾਂ ਗੁਣਾ ਕਰ ਦਿੰਦੇ ਹਾਂ, ਇਹ ਕੱਟਿਆ ਗਿਆ 12 ਤੇ 25 × 12 ਇਹ ਕਿੰਨਾ ਹੋ ਗਿਆ ਆਪਣੇ ਕੋਲ 300 ਕਿਲੋ। ਇਹ ਆਪਸ਼ਨ ਆਪਣਾ ਆਂਸਰ ਹੈ। ਡਿਟੋ ਕੁਸ਼ਚਨ ਆਪਾਂ ਪਹਿਲਾਂ ਕੀਤਾ ਹੋਇਆ, ਫਿਰ ਵੀ ਮੈਂ ਦੁਬਾਰਾ ਕਰਵਾਤਾ। ਨੈਕਸਟ ਕੁਸ਼ਚਨ ਹੈ ਜੀ, ਐਨ ਇਲੈਕਟ੍ਰਿਕ ਟ੍ਰੇਨ, ਇੱਕ ਕਹਿੰਦੇ ਇਲੈਕਟ੍ਰਿਕ ਟ੍ਰੇਨ ਹੈ ਉਹ ਚੱਲਦੀ ਪਈ ਹੈ 40 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ। ਫਿਰ ਉਹ ਕਹਿੰਦੇ ਜੇ ਇਲੈਕਟ੍ਰਿਕ ਪਾਵਰ ਹੈ ਜਿਹੜੀ ਉਹ ਥਰਾਈਸ ਹੈ 3 ਗੁਣਾ ਫ੍ਰਿਕਸ਼ਨ ਨਾਲੋਂ, ਇੱਥੇ ਆਪਾਂ ਲਿਖ ਲੈਂਦੇ ਹਾਂ ਪਾਵਰ ਹੈਗੀ ਹੈ ਫ੍ਰਿਕਸ਼ਨ ਫੋਰਸ ਨਾਲੋਂ 3 ਗੁਣਾ, ਮਤਲਬ ਜੇ ਫ੍ਰਿਕਸ਼ਨ ਫੋਰਸ 1 ਹੈ ਤਾਂ ਉਹ ਕਿੰਨੀ ਹੈ 3। ਫਿਰ ਉਹ ਕਹਿੰਦੇ ਜਦੋਂ ਆਪਾਂ ਪਾਵਰ ਨੂੰ ਦੁੱਗਣਾ ਕਰ ਦਈਏ ਤਾਂ ਫ੍ਰਿਕਸ਼ਨ ਫੋਰਸ 1.5 ਗੁਣਾ ਹੋ ਜਾਂਦੀ ਹੈ, ਤਾਂ ਫਿਰ ਕਹਿੰਦੇ ਸਪੀਡ ਦੱਸੋ ਕਿੰਨੀ ਹੋਊਗੀ। ਪਾਵਰ ਦਾ ਰਿਲੇਸ਼ਨ ਦੱਸਤਾ, ਪਾਵਰ ਕੀ ਹੈ ਫੋਰਸ ਇੰਟੂ ਵੈਲੋਸਿਟੀ, ਫ੍ਰਿਕਸ਼ਨ ਫੋਰਸ ਇੰਟੂ ਵੈਲੋਸਿਟੀ, ਬਸ ਫਿਰ ਆਪਾਂ ਇਹੀ ਰਿਲੇਸ਼ਨ ਜਸਟੀਫਾਈ ਕਰ ਦਿੰਦੇ ਹਾਂ। ਪਾਵਰ ਜਦੋਂ ਫ੍ਰਿਕਸ਼ਨ ਦਾ 3 ਗੁਣਾ ਹੈ, ਹੁਣ ਮੈਨੂੰ ਇਹ ਦੱਸੋ 1 ਨਾਲ ਕਿਹੜੇ ਨੰਬਰ ਨੂੰ ਗੁਣਾ ਕਰਾਂਗੇ 3 ਬਣੇ, ਕਿਉਂਕਿ ਰਿਲੇਸ਼ਨ ਤਾਂ ਇਹੀ ਹੈ ਨਾ, ਪਾਵਰ ਹੈਗਾ ਫੋਰਸ ਇੰਟੂ ਵੈਲੋਸਿਟੀ, ਜੇ ਪਾਵਰ 3 ਹੈ ਤੇ ਫ੍ਰਿਕਸ਼ਨ ਹੈਗੀ 1 ਤੇ 1 ਨੂੰ 3 ਨਾਲ ਹੀ ਗੁਣਾ ਕਰਨਾ ਪਊ ਤਾਂ ਵੈਲੋਸਿਟੀ 3 ਹੈ। ਹੁਣ ਉਹ ਕੀ ਕਹਿੰਦਾ ਪਾਵਰ ਨੂੰ ਕਰ ਦਈਏ ਦੁੱਗਣਾ, ਪਾਵਰ 3 ਹੈ ਤੇ ਇਹ ਦੁੱਗਣੀ ਹੋ ਗਿਆ ਕਿੰਨੀ ਹੋ ਜੂਗੀ 6, ਤਾਂ ਫਿਰ ਕਹਿੰਦਾ ਫ੍ਰਿਕਸ਼ਨ ਹੋ ਜਾਂਦੀ 1.5 ਗੁਣਾ। ਹੁਣ ਮੈਨੂੰ ਇਹ ਦੱਸੋ ਵੀ 1.5 ਨੂੰ ਕਾਹਦੇ ਨਾਲ ਗੁਣਾ ਕਰੀਏ ਕਿ 6 ਬਣੇ, ਤਾਂ ਵੈਲੋਸਿਟੀ ਕਿੰਨੀ ਹੋਊਗੀ 4। ਠੀਕ ਹੈ, ਹੁਣ ਕੁਝ ਨਹੀਂ ਕਰਨਾ, ਪਹਿਲਾਂ ਆਪਾਂ ਨੂੰ ਵੈਲੋਸਿਟੀ ਕਿੰਨੀ ਦੱਸੀ ਹੋਈ ਹੈ 4, ਪਹਿਲੀ ਲਾਈਨ 'ਚ ਦੱਸੀ ਹੈ, ਤਾਂ 1 ਹਿੱਸੇ ਦੀ ਵੈਲਿਊ ਕਿੰਨੀ ਹੋ ਗਈ ਫਿਰ 40 ਬਟਾ 3 ਕਿਲੋਮੀਟਰ ਪਰ ਆਵਰ, ਤੇ ਹੁਣ ਵਾਲੀ ਵੈਲੋਸਿਟੀ ਕਿੰਨੀ ਹੈ 4 ਹੈ, ਇਹਦੇ ਨਾਲ ਗੁਣਾ ਕਰ ਦਿਓ ਬਸ, ਤਾਂ ਵੈਲੋਸਿਟੀ ਕਿੰਨੀ ਆ ਗਈ 150 ਬਟਾ 3 ਕਿਲੋਮੀਟਰ ਪਰ ਆਵਰ, ਜੋ ਇਹ ਕੱਟਿਆ ਜਾਊਗਾ, ਪੂਰਾ ਪੂਰਾ ਤਾਂ ਨਹੀਂ ਕੱਟਿਆ ਨਾ, ਫਿਰ 5 × 3 = 15, 3 × 3 = 9, 53 = 1 ਬਟਾ 3 ਕਿਲੋਮੀਟਰ ਪਰ ਆਵਰ, ਜੋ ਕਿ ਕੀ ਹੈ ਇਹ ਆਪਸ਼ਨ ਆਪਣਾ ਆਂਸਰ ਹੈ। ਠੀਕ ਹੈ ਜੀ, ਸੋ ਇਹ ਸੀ ਆਪਣਾ ਅੱਜ ਦਾ ਪਾਰਟ ਨੰਬਰ 5। ਠੀਕ ਹੈ, ਜੇ ਕੁਛ ਵੀ ਥੋੜ੍ਹੇ ਬਹੁਤ ਕੰਸੈਪਟ ਕੋਈ ਬਚਦੇ ਹੋਏ ਤਾਂ ਆਪਾਂ ਨੈਕਸਟ ਪਾਰਟ 'ਚ ਕਵਰ ਕਰਾਂਗੇ, ਬਟ ਫਿਰ ਵੀ ਮੇਰੇ ਪੁਆਇੰਟ ਆਫ ਵਿਊ ਤੋਂ ਮੈਂ ਮਤਲਬ ਆਲਮੋਸਟ ਆਪਾਂ ਸਾਰੀਆਂ ਟਾਈਪਸ ਹੀ ਕਵਰ ਕਰ ਲਈਆਂ, ਵੀ ਜੇ ਤੁਸੀਂ ਇਹ 5 ਦੇ 5 ਪਾਰਟ ਦੇਖ ਲਏ ਤਾਂ ਰੇਸ਼ੋ ਦਾ ਤੁਹਾਡਾ ਕੋਈ ਵੀ ਕੁਐਸਚਨ ਆ ਜਾਏ ਕਿਸੇ ਵੀ ਪੇਪਰ 'ਚ ਆ ਜਾਏ ਰਹੂਗਾ। ਠੀਕ ਹੈ, ਆਪਾਂ ਸਾਰੀਆਂ ਟਾਈਪਸ ਹੀ ਕਵਰ ਕੀਤੀਆਂ ਇਹਦੇ ਵਿੱਚ, ਤੇ ਬਾਕੀ ਜੇ ਤੁਹਾਨੂੰ ਕੋਈ ਵੀ ਡਾਊਟ ਹੁੰਦਾ, ਤੁਹਾਨੂੰ ਲੱਗਦਾ ਵੀ ਕੋਈ ਰੇਸ਼ੋ ਦਾ ਕੁਐਸਚਨ ਤੁਹਾਡੇ ਤੋਂ ਨਹੀਂ ਹੋ ਰਿਹਾ, ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਉਹ ਪਾ ਸਕਦੇ ਹੋ, ਤੇ ਆਪਾਂ ਉਹਦਾ ਬੈਸਟ ਸੋਲੂਸ਼ਨ ਤਿਆਰ ਕਰਾਂਗੇ, ਵੀ ਜੋ ਪੇਪਰ ਪੁਆਇੰਟ ਆਫ ਵਿਊ ਲਈ ਆਪਣੇ ਲਈ ਹੈਲਪਫੁਲ ਹੋਵੇ, ਟਾਈਮ ਲੈਸ ਕੰਜ਼ਿਊਮ ਹੋਵੇ ਤੇ ਡਾਇਰੈਕਟ ਜਿਹਾ ਕੁਐਸਚਨ ਹੋਵੇ, ਹੈ ਨਾ। ਚਲੋ ਠੀਕ ਹੈ ਜੀ, ਫਿਰ ਥੈਂਕ ਯੂ। ਬਾਕੀ ਜੇ ਤੁਹਾਨੂੰ ਇਹ ਵੀਡੀਓਜ਼ ਚੰਗੀਆਂ ਲੱਗਣ, ਹੈ ਨਾ, ਤੁਹਾਨੂੰ ਕੋਈ ਹੈਲਪ ਮਿਲ ਰਹੀ ਹੈ ਇਹਨਾਂ ਤੋਂ, ਤਾਂ ਪਲੀਜ਼ ਜ਼ਰੂਰ ਆਪਦਾ ਮਤਲਬ ਕਿ ਫਰਜ਼ ਨਿਭਾਇਆ ਕਰੋ, ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਠੀਕ ਹੈ, ਅਤੇ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਕਰ ਲਓ, ਅਤੇ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਲਾਈਕ ਵੀ ਕਰ ਦਿਆ ਕਰੋ, ਕਮੈਂਟ ਵੀ। ਬਾਕੀ ਜਿਹੜੇ ਵੀ ਮੈਂ ਕੁਐਸਚਨ ਤੁਹਾਨੂੰ ਕਹਿੰਦਾ ਨਾ ਵੀ ਤੁਸੀਂ ਖੁਦ ਕਰੋ, ਤਾਂ ਜ਼ਰੂਰ ਟਰਾਈ ਕਰਿਆ ਕਰੋ, ਜਿਵੇਂ ਜਿਵੇਂ ਮਤਲਬ ਮੈਂ ਕਹਿ ਰਿਹਾ ਐਜ਼ ਇਟ ਇਜ਼ ਤੁਸੀਂ ਉਹਨੂੰ ਮੰਨਦੇ ਜਾਓ, ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਪੇਪਰ ਤੋਂ, ਮਤਲਬ ਜਿਨ੍ਹਾਂ ਨੂੰ ਵੀ ਮੈਥ ਦਾ ਕੋਈ ਐਵੇਂ ਲੱਗਦਾ ਨਾ ਵੀ ਤੁਹਾਨੂੰ ਮੈਥ ਨੂੰ ਲੈ ਕੇ ਕੋਈ ਦਿਮਾਗ ਦੇ ਵਿੱਚ ਡਰ ਹੈ, ਤਾਂ ਆਪਾਂ ਬੜਾ ਮਤਲਬ ਆਰਾਮ ਨਾਲ ਸਮੂਥਲੀ, ਤੁਹਾਨੂੰ ਪਤਾ ਨਹੀਂ ਲੱਗਣਾ ਗਾ, ਤੁਹਾਨੂੰ ਪੇਪਰ ਦੇ ਲੈਵਲ ਤੋਂ ਜ਼ਿਆਦਾ ਤਿਆਰੀ ਕਰਨੀ ਪਊਗੀ, ਉਹ ਹੋ ਹੀ ਜਾਣੀ ਆਪਣੀ, ਮਤਲਬ ਇਹ ਵੀਡੀਓਜ਼ ਨੂੰ ਦੇਖਦੇ ਦੇਖਦੇ, ਅਤੇ ਇਹਦੇ ਨੋਟਸ ਬਣਾ ਲਿਆ ਕਰੋ ਤਾਂ ਕਿ ਤੁਹਾਨੂੰ ਬਾਅਦ ਵਿੱਚ ਵੀ ਇਹਦਾ ਫਾਇਦਾ ਹੋਵੇ। ਠੀਕ ਹੈ, ਸੋ ਥੈਂਕ ਯੂ ਐਵਰੀਵਨ, ਤੁਹਾਡਾ ਬਹੁਤ ਬਹੁਤ ਧੰਨਵਾਦ।
ਤੇ ਖੁਸ਼ ਰਿਹਾ ਕਰੋ, ਹੱਸਦੇ ਰਹੋ, ਪਰਮਾਤਮਾ ਤੁਹਾਡੇ 'ਤੇ ਮਿਹਰ ਭਰਿਆ ਹੱਥ ਰੱਖੇ, ਠੀਕ ਹੈ। ਧੰਨਵਾਦ।